ਸਤਿ ਸ਼੍ਰੀ ਅਕਾਲ, ਸਲਾਮ ਅਰਜ਼ ਹੈ ਸਾਰੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਜਿਹੜੇ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ। ਅੱਜ ਦੇ ਇਸ ਸੱਚ ਦਾ ਸਾਹਮਣਾ ਦੇ ਵਿੱਚ ਅਸੀਂ ਕਈ ਉਹਨਾਂ ਸੱਚਾਂ ਤੇ ਕਈ ਉਹਨਾਂ ਕੱਚਾਂ ਬਾਰੇ ਗੱਲਬਾਤ ਕਰਨੀ ਹੈ ਜੋ ਭਾਰਤ ਦੇ ਚੋਣ ਪ੍ਰੋਸੈਸ ਦਾ ਹਿੱਸਾ ਨੇ। ਭਾਰਤ ਦੀਆਂ ਵੋਟਾਂ ਦੇ ਵਿੱਚ ਕਿੰਨੇ ਬਦਲਾਅ ਆ ਗਏ ਨੇ, ਕਿੰਨੇ ਇਸ ਦੇ ਵਿੱਚ ਰਵੇਦਾਂ ਗਲਤ ਟ੍ਰੈਂਡ ਆ ਰਹੇ ਨੇ ਅਤੇ ਕਿੰਨੀਆਂ ਅੱਛੀਆਂ ਗੱਲਾਂ ਆ ਰਹੀਆਂ ਨੇ, ਕਿਉਂਕਿ 2017 ਦੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਹੈ ਉਸ ਦੇ ਵਿੱਚ ਕੁਛ ਅਹਿਮ ਤਬਦੀਲੀਆਂ ਹੋਣਗੀਆਂ, ਜਾਂ ਕਿਹਨਾਂ ਕਿਹਨਾਂ ਚੀਜ਼ਾਂ ਤੋਂ ਅਸੀਂ ਸਤਰਕ ਰਹਿਣਾ, ਕਿਉਂਕਿ NRI ਵੀ ਇਹਨਾਂ ਚੋਣਾਂ ਦਾ ਸਿੱਧਾ ਸਿੱਧਾ ਹਿੱਸਾ ਨੇ। ਇਸ ਸੰਬੰਧੀ ਮੇਰੇ ਨਾਲ ਅੱਜ ਦੇ ਜਿਹੜੇ ਮਹਿਮਾਨ ਨੇ ਉਹਨਾਂ ਦੀ ਜਾਣ ਪਛਾਣ ਤੁਹਾਡੇ ਨਾਲ ਕਰਾ ਦਿਆਂ। ਮੇਰੇ ਬਿਲਕੁਲ ਨਾਲ ਬੈਠੇ ਨੇ ਸਰ ਨਾਮਦੇਵ ਸਿੰਘ ਸਿੱਧੂ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਅਕਾਲ ਚੈਨਲ ਦੇ ਜਿਹਨੇ ਵੀ ਪ੍ਰੋਗਰਾਮ ਦੇਖ ਰਹੇ ਹੈ, ਸਤਿ ਸ਼੍ਰੀ ਅਕਾਲ। ਅਤੇ ਨਾਮਦੇਵ ਸਿੰਘ ਸਿੱਧੂ ਤਹਿਸੀਲਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ। ਚੋਣਾਂ ਦਾ ਜਿਹੜਾ ਵਿਭਾਗ ਹੈ ਪੰਜਾਬ ਚੋਣ ਕਮਿਸ਼ਨ ਦੇ ਵਿੱਚ ਤਹਿਸੀਲਦਾਰ ਦੇ ਅਹੁਦੇ ਦੇ ਤੌਰ 'ਤੇ ਇਹਨਾਂ ਨੇ ਆਪਣੀ ਜੌਬ ਨਿਭਾ ਕੇ ਹੁਣ ਇਹ ਸਮਾਜ ਸੇਵਾ ਦੇ ਵਿੱਚ ਨੇ। ਉੱਗੇ ਲੇਖਕ ਨੇ, ਕੈਨੇਡਾ ਅਮੈਰੀਕਾ ਵੀ ਅਕਸਰ ਇਹਨਾਂ ਦੀਆਂ ਫੇਰੀਆਂ ਲੱਗਦੀਆਂ ਰਹਿੰਦੀਆਂ ਨੇ। ਮੇਰੇ ਦੂਸਰੇ ਮਹਿਮਾਨ ਨੇ ਸਾਧਵਿੰਦਰ ਸਿੰਘ ਮੱਲੀ। ਮੱਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਅਕਾਲ ਚੈਨਲ ਦੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਗੁਰਫਤਿਹ ਜੀ। ਸਾਧਵਿੰਦਰ ਸਿੰਘ ਮੱਲੀ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਨੇ ਅਤੇ ਸਮਾਜ ਸੇਵਾ ਅਤੇ ਖਾਸ ਕਰਕੇ ਬਹੁਤ ਵਧੀਆ ਕਾਰਜ ਕਈ ਸ਼ੋਬਿਆਂ ਦੇ ਵਿੱਚ ਕਰ ਰਹੇ ਨੇ। ਅਤੇ ਅੱਜ ਦਾ ਜਿਹੜਾ ਵਿਸ਼ਾ ਹੈ, ਜਿਸ ਤਰ੍ਹਾਂ ਸਿੱਧੂ ਸਾਹਿਬ, ਪੰਜਾਬ ਇਲੈਕਸ਼ਨ ਕਮਿਸ਼ਨ ਨੇ ਸੂਚੀ ਜਾਰੀ ਕੀਤੀ ਹੈ, ਆਧਾਰ ਕਾਰਡ ਜਿਹੜਾ ਕਿ ਸਾਰੇ ਭਾਰਤੀਆਂ ਦੇ ਲਈ ਜ਼ਰੂਰੀ ਦਸਤਾਵੇਜ਼ ਹੋ ਗਿਆ। ਆਧਾਰ ਕਾਰਡ ਦੇ ਬਿਨਾਂ 'ਤੇ ਪੰਜਾਬ ਦੇ ਵਿੱਚ 8 ਲੱਖ ਦੇ ਕਰੀਬ ਜਿਹੜੇ ਜਾਅਲੀ ਵੋਟਰ ਨੇ ਉਹ ਕੱਟ ਦਿੱਤੇ ਗਏ ਨੇ ਅਤੇ ਹੋਰ ਕਈ ਤਬਦੀਲੀਆਂ ਆ ਗਈਆਂ ਨੇ। ਜਿਸ ਤਰ੍ਹਾਂ ਸੂਚੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਵੋਟਾਂ ਦੀ ਐਟ ਪ੍ਰੈਜੈਂਟ ਤਫਸੀਲ ਹੈ ਮੱਲੀ ਸਾਹਿਬ, ਉਹ ਹੈ 1,91,94,165 ਵੋਟਰ ਨੇ, ਜਿਨ੍ਹਾਂ ਦੇ ਵਿੱਚ 90,48,464 ਬੀਬੀਆਂ ਨੇ ਅਤੇ 1,01,45,425 ਮਰਦ ਨੇ। ਇਹ 276 ਇਹਦੇ ਵਿੱਚ ਕਿੰਨਰ ਭਾਈਚਾਰੇ ਦੇ, ਖੁਸਰੇ ਭਾਈਚਾਰੇ ਦੇ ਟਰਾਂਸਜੈਂਡਰ ਲੋਕ ਨੇ। ਪਰ ਇਸ ਦੇ ਵਿੱਚ ਜਿਹੜਾ ਇਹ ਕੱਟ ਲੱਗਿਆ ਆਧਾਰ ਕਾਰਡ ਦੇ ਬਿਨਾਂ 'ਤੇ, ਕੀ ਲੱਗਦਾ ਸਿੱਧੂ ਸਾਹਿਬ ਕਿ 8 ਲੱਖ ਜਿਹੜੇ ਜਾਅਲੀ ਵੋਟਰ ਸੀ, ਜਾਂ ਤੁਸੀਂ ਇਸ ਵਿਭਾਗ 'ਚ ਲੰਮਾ ਸਮਾਂ ਰਹੇ ਹੋ, ਕੀ ਇਹ ਕਾਰਨ ਹੈ ਕਿ 8 ਲੱਖ ਇੱਕ ਬਹੁਤ ਵੱਡਾ ਮਾਰਜਨ ਹੈ, ਅਜੇ ਵੀ ਬਹੁਤ ਸਾਰੇ ਵੋਟਰ ਜਾਅਲੀ ਹੋ ਸਕਦੇ ਨੇ? ਜੀ, ਜਾਅਲੀ ਦੀ ਪ੍ਰਵਿਰਤੀ ਤਾਂ ਹੋ ਹੀ ਸਕਦੀ ਹੈ, ਪਰ 8 ਲੱਖ ਜਾਅਲੀ ਵੋਟਰ ਗਲਤ ਹੈ, ਗੱਲ ਨਹੀਂ ਜੀ ਜੀ ਕਿਉਂਕਿ ਜਦੋਂ ਤੋਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਫੋਟੋ ਵੋਟਰ ਲਿਸਟ ਚਾਲੂ ਹੋਈਆਂ ਨੇ ਜੀ, ਉਦੋਂ ਬਾਅਦ ਇਸ ਦੀ ਜਿਹੜੀ ਜਾਅਲੀ ਵੋਟਰਾਂ ਦੀ ਨੋਮੀਨਲ ਗਿਣਤੀ ਰਹਿ ਗਈ ਹੈ। ਇਹ ਕਾਰਨ ਕੀ ਹੈ, ਇਹਦੇ ਪਿੱਛੇ ਕਈ ਕਾਰਨ ਨੇ ਜੀ। ਇੱਕ ਤਾਂ ਜਿਹੜੇ ਜਿੰਨੇ ਵੀ ਇਲੈਕਸ਼ਨ ਕਮਿਸ਼ਨ ਇਲੈਕਸ਼ਨਾਂ ਕਰਾਉਂਦਾ ਆ ਰਿਹਾ 1952 ਤੋਂ ਲੈ ਕੇ ਜੀ, ਸਟੇਟਾਂ ਦੇ ਵਿੱਚ ਇੱਕ ਸਾਰਤਾ ਨਹੀਂ ਹੈ, ਇਨਫਰਾਸਟ੍ਰਕਚਰ ਪੂਰਾ ਹੈ ਨਹੀਂ, ਸਟਾਫ ਪੂਰਾ ਹੈ ਨਹੀਂ, ਜਿਹਦੇ ਕਰਕੇ ਕੰਮ ਸਾਲਾਂ ਵਧੀ ਲਟਕਦੇ ਰਹਿੰਦੇ ਹੈ। ਠੇਕਿਆਂ ਦੇ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਹੈ, ਉਹ ਉਸ ਨੀਤ ਦੇ ਨਾਲ, ਸਹੀ ਨੀਤ ਨਾਲ ਕੰਮ ਨਹੀਂ ਕਰਦੇ, ਟੈਂਪਰੇਰੀ ਜਿਹੜੇ ਲਾਏ ਹੁੰਦੇ ਆ, ਨੌਲੇਜ ਨਹੀਂ ਹੁੰਦੀ ਜੀ, ਉਹਨਾਂ ਤੇ ਤਲਵਾਰ ਲਟਕਦੀ ਰਹਿੰਦੀ ਹੈ, ਹੋ ਸਕਦਾ ਉਹ ਜਾਅਲੀ ਵੀ ਬਣਾਉਂਦੇ ਹੋ, ਇਹ 'ਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜੀ। ਜਾਅਲੀ ਵੋਟਰ ਸ਼ਨਾਖਤੀ ਕਾਰਡ ਵੀ ਹੋ ਸਕਦਾ ਹੈ ਇਸੇ ਉਸਦੇ ਵਿੱਚ ਬਣਦੇ ਹੋਣ, ਕਿਉਂਕਿ ਮੈਂ ਮੁਕਤਸਰ ਹੁੰਦਾ ਸੀਗਾ ਜੀ, ਉਦੋਂ ਮੇਰੇ ਕੋਲ ਇਸ ਤਰ੍ਹਾਂ ਦੇ 1-2 ਕੇਸ ਆਏ ਸੀ, ਜਿਹਦੇ ਵਿੱਚ ਉਹ ਪੁਲਿਸ ਦਾ ਮੇਰੇ ਕੋਲ ਇੱਕ ਕੇਸ ਆਇਆ, ਉਹਦੇ ਵਿੱਚ ਮੈਂ ਦੇਖਿਆ ਉਹ, ਅਦਰਵਾਈਜ਼ ਸਾਡੇ ਕੋਲ ਇਹਦਾ ਕੋਈ ਰਿਕਾਰਡ ਨਹੀਂ ਹੁੰਦਾ ਵੀ ਅਸੀਂ ਇਹਦੇ ਇਸ ਨੂੰ ਇਮੀਡੀਏਟ ਕੋਈ ਜਾਂਚ ਕਰ ਸਕੀਏ ਜੀ। ਮੇਰੀ ਅਚਾਨਕ ਨਿਗਾਹ ਪੈ ਗਈ ਮੂਹਰਲੇ ਪਾਸੇ ਕਾਰਡ ਦੇ, ਉਹਦੇ ਉੱਤੇ ਜਿਹੜਾ ਹੈ ਪਾਰਲੀਮੈਂਟਰੀ ਕੰਸਟੀਚੁਐਂਸੀ ਦਾ ਨੰਬਰ ਜੀ, ਅੱਗੇ ਉਸਦਾ ਵੋਟਰ ਦਾ ਸ਼ਨਾਖਤੀ ਕਾਰਡ ਦਾ ਨੰਬਰ ਹੁੰਦਾ ਸੀ ਜੀ, ਉਸ ਤੋਂ ਅਸੀਂ ਆਈਡੈਂਟੀਫਾਈ ਜਿਹੜਾ ਨੀਚ ਨਾਲ ਦੇਖਣ ਵਾਲਾ ਬੰਦਾ ਉਹ ਕਰ ਲੈਂਦਾ ਸੀ, ਉਹ ਫਿਰੋਜ਼ਪੁਰ ਦਾ ਸੀ ਮੁੱਢਲਾ ਨੰਬਰ, ਮਗਰਲਾ ਜਿਹੜਾ ਐਡਰੈਸ ਸੀਗਾ ਦਿੱਤਾ ਉਹ ਮੁਕਤਸਰ ਦਾ ਸੀ। ਅੱਛਾ ਜੀ, ਇਸ ਕਰਕੇ ਉਹ ਟਰੇਸ ਹੋ ਗਿਆ, ਟਰੇਸ ਹੋ ਕੇ ਉਸ ਬੰਦੇ ਨੇ ਜਾਅਲੀ ਕਰਦੇ ਕੁਰਦੇ ਚੱਕੇ ਹੋਏ ਸੀ ਉਸੇ ਵੋਟਰ ਸ਼ਨਾਖਤੀ ਕਾਰਡ ਤੇ, ਅਸੀਂ ਲਿਖ ਕੇ ਭੇਜਿਆ ਵੀ ਇਹ ਦੋਨੇ ਪਾਸੇ ਨੰਬਰ ਕਿਉਂ ਨੀ ਪਾਉਂਦੇ ਤੁਸੀਂ, ਮੈਂ ਆਪਣੇ ਵੱਲੋਂ ਲਿਖ ਕੇ ਭੇਜਿਆ, ਉਹ ਦੋਨੇ ਪਾਸੇ ਵੋਟਰ ਕਾਰਡ ਦਾ ਨੰਬਰ ਪੈਣਾ ਸ਼ੁਰੂ ਹੋ ਗਿਆ ਜੀ। ਜਿਹਨੇ ਬੇਸ ਸ਼ੁਰੂ ਕਰਨਾ ਹੈ ਵੋਟਰ ਸ਼ਨਾਖਤੀ ਕਾਰਡ ਹੈ ਚਾਹੇ ਪੈਨ ਕਾਰਡ ਹੈ, ਉਹਨਾਂ ਦੇ ਦਿਮਾਗ 'ਚ ਇਹ ਗੱਲਾਂ ਹੋਣੀਆਂ ਚਾਹੀਦੀਆਂ ਵੀ ਇਹ ਹੋ ਸਕਦੀਆਂ ਜੀ,
जे वो पहले ही इस गल नूं ध्यान दे विच रखणगे तां इह जाली कम नहीं होणगे जी, नहीं जाली कमां दी इस दे विच गुंजाइश रहिंदी है। बिल्कुल सतविंदर सिंह मल्ली साहब, तुसीं की समझदे हो कि इह जिहड़ा तुसीं किन्ने फ्रॉड दे मामले आ जिहड़े आर्थिक अपराध दे मामले ट्रेस कीते होणे आ, इह जिहड़ा वोटर कार्ड है एक शनाख्ती कार्ड के तौर पर वरत के सैल फोन ले जाते हैं, जाली रजिस्ट्रियां, जाली गवाहियां, कोर्टां दे विच जाली गवाह बहुत मिलते हैं जिहड़े मुल की गवाही देंदे ने। सो ये वर्तारा क्यों है कि इस तरह 8 लाख के करीब जिहड़े वोटां ने वो कटियां गईयां ने जिन्हां दा आधार नहीं सीगा, इन्हां नूं आधार कार्ड दे नाल जदों को लिंक किया गया, क्योंकि आधार कार्ड दे विच बहुत प्रोसैस है, तुहाडा अखां दा भी स्कैन किया जाता, फिंगरप्रिंट लए जाते हैं। ਇਹ ਜਿਹੜੀ ਡਿਵੈਲਪਮੈਂਟ ਹੋਈ ਹੈ ਇੱਕ ਪੰਜਾਬ ਵਰਗੇ ਸੂਬੇ ਦੇ ਵਿੱਚੋਂ 2 ਕਰੋੜ ਵੋਟਰਾਂ ਦੇ ਵਿੱਚੋਂ 8 ਲੱਖ ਕੱਟੇ ਜਾਣੇ, ਅਜੇ ਹੋਰ ਵੀ ਹੋ ਸਕਦੇ ਨੇ, ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ? ਮੈਂ ਸਮਝਦਾ ਵੀ ਜਿਵੇਂ ਮੇਰਾ ਰਹਿਸੀ ਡਿਸਟ੍ਰਿਕਟ ਫਤਿਹਗੜ੍ਹ ਹੈ ਤਾਂ ਫਤਿਹਗੜ੍ਹ 'ਚ ਨੇਚਰਲੀ ਜੇ ਮਤਲਬ ਕਿ ਮੇਰੇ ਪਰਿਵਾਰ ਦਾ ਉੱਥੇ ਕੋਈ ਸਰਪੰਚੀ ਲੜਦਾ, ਇਲੈਕਸ਼ਨ ਲੜਦਾ, ਉਹਨੂੰ ਕੋਸ਼ਿਸ਼ ਕਰਦਾ ਉਹ ਮਤਲਬ ਕਿ ਮੈਂ ਉੱਥੇ ਵੋਟ ਮੇਰੀ ਪਰਿਵਾਰ ਦੀ ਬਣ ਜਾਏ, ਵੋਟ ਪਾਵਾਂ, ਰਹਿਸ਼ ਮੇਰੀ ਪਟਿਆਲੇ, ਮੈਂ ਇੱਥੇ ਜੋਬ ਕਰਦਾ ਤਾਂ ਮੇਰੀ ਇੱਥੇ ਵੀ ਬਣ ਗਈ। ਹੁਣ ਜਿਹੜਾ ਆਧਾਰ ਕਾਰਡ 'ਚ ਹੈ ਉਹ ਮਤਲਬ ਕਿ ਸਾਰਾ ਕੁਛ ਆ ਜਾਣਾ ਜੀ, ਮਤਲਬ ਕਿ ਪਹਿਲਾਂ ਇਹ ਸਿਸਟਮ ਨਹੀਂ ਸੀ ਇੱਦਾਂ ਦਾ ਕੋਈ ਮੇਰੇ ਮੁਤਾਬਕ ਤਾਂ, ਬਈ ਜਿਹੜੇ ਮਤਲਬ ਕਿ ਲੋਕਾਂ ਨੇ ਪਿੰਡਾਂ 'ਚ ਵੀ ਵੋਟਾਂ ਬਣਾਈਆਂ ਹੋਈਆਂ ਸੀ ਅਤੇ ਪਲੱਸ ਜਿੱਥੇ ਉਹਨਾਂ ਦੀ ਰਹਿਸ਼ ਉੱਥੇ ਮਤਲਬ ਦੋਹਰੀਆਂ ਵੋਟਾਂ ਬਣੀਆਂ ਹੋਈਆਂ ਸੀ। ਕਈ ਜਗ੍ਹਾ 'ਤੇ ਜਿੱਥੇ ਕੋਈ ਨਿੱਜੀ ਲੋਕ ਸੀਗੇ ਜਿਨ੍ਹਾਂ ਦਾ ਕੋਈ ਨਿੱਜੀ ਧਿਆਨ ਜਾਂਦਾ ਸੀਗਾ ਉਹ ਸ਼ਿਕਾਇਤ ਕਰਦੇ ਸੀ, 1-2 ਇਨਕੁਆਇਰੀਆਂ ਵੀ ਆਈਆਂ ਵੀ ਉਹ ਬੰਦੇ ਨੇ ਪਿੰਡ ਵੀ ਵੋਟ ਬਣਾਈ ਹੋਈ ਹੈ ਜੀ, ਸ਼ਹਿਰ 'ਚ ਵੀ ਵੋਟ ਬਣਾਈ ਹੋਈ ਹੈ, ਇੱਦਾਂ ਦੇ ਕੇਸ ਵੀ ਆਏ, ਇਨਕੁਆਇਰੀ 'ਚ ਵੀ ਆਏ ਜੀ। ਪਰ ਮਤਲਬ ਕਿ ਇੱਦਾਂ ਦਾ ਕਾਫੀ ਲੋਕਾਂ ਦਾ ਰੁਝਾਨ ਹੈ ਜਾਂ ਮਤਲਬ ਕਿ ਕੁਛ ਲੋਕ ਜਿਹੜੇ ਆ ਪੋਲਿਟਿਕਸ ਲੋਕ ਹੈ ਜਿਵੇਂ ਝੁੰਗੀਆਂ ਝੌਂਪੜੀਆਂ ਵਾਲੇ ਹੈ, ਉਹਨਾਂ ਨੂੰ ਬਾਹਰੋਂ ਲਿਆ ਕੇ ਉਹਨਾਂ ਦੇ ਆਪਣਾ MC ਵੱਲੋਂ ਤਸਦੀਕ ਕਰਾ ਕੇ ਰਾਸ਼ਨ ਕਾਰਡ ਬਣਵਾ ਕੇ ਉਹਦੇ ਬੇਸ 'ਤੇ ਵੀ ਲੋਕਾਂ ਨੇ ਵੋਟਾਂ ਬਣਾਈਆਂ ਹੋਈਆਂ ਪੋਲੀਟੀਕਲ ਲੋਕਾਂ ਨੇ ਜੀ। ਬਿਲਕੁਲ, ਕਿਉਂਕਿ ਹਰਿਆਣੇ ਦੇ ਵਿੱਚ ਬਹੁਤ ਸਾਰੇ ਵੋਟਰ ਨੇ ਉਹ ਵੋਟਾਂ ਪਾਉਣ ਪੰਜਾਬ 'ਚ ਲੰਬੀ ਜਾਂ ਇਹਨਾਂ ਹਲਕਿਆਂ ਦੇ ਵਿੱਚ ਆਉਂਦੇ ਰਹੇ ਨੇ, ਅਤੇ ਇਹ ਜਿਹੜਾ ਤੁਸੀਂ ਦੱਸਿਆ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਵੀ ਨਦੀ ਅਤੇ ਝੁੱਗੀ ਝੌਂਪੜੀਆਂ ਵਾਲੇ ਸਿੱਧੂ ਸਾਹਿਬ ਬੈਠੇ ਨੇ, ਪਟਿਆਲੇ ਦੇ ਇੱਕ ਸਿਆਸਤਦਾਨ ਦਾ ਵੀ ਨਾਂ ਆਉਂਦਾ ਸੀਗਾ, ਇਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀਆਂ ਵੀ ਵੋਟਾਂ ਹੋ ਸਕਦੀਆਂ ਨੇ, ਪਰ ਜਿਸ ਤਰ੍ਹਾਂ ਮੱਲੀ ਸਾਹਿਬ ਨੇ ਦੱਸਿਆ ਗੱਲ ਮਨ ਲੱਗਦੀ ਹੈ ਕਿ 8 ਲੱਖ ਦੇ ਵਿੱਚੋਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਨੇ ਬਹੁਤੀਆਂ ਵੋਟਾਂ ਦੋਹਰੀ ਵੋਟ ਵਾਲੀਆਂ ਹੋ ਸਕਦੀਆਂ ਸੀ, ਕਿਉਂਕਿ ਕੈਬਨਿਟ ਮਿਨਿਸਟਰ ਅਨਿਲ ਜੋਸ਼ੀ ਜਾਂ ਹੋਰ ਬਹੁਤ ਸਾਰੇ ਜਿਹੜੇ ਨੇਤਾ ਨੇ ਉਹਨਾਂ ਦੇ ਦੋਹਰੀ ਵੋਟ ਦੇ ਮਾਮਲੇ ਅਦਾਲਤਾਂ 'ਚ ਚੱਲਦੇ ਨੇ, ਜਾਂ ਕੁਛ ਜਿਹੜੇ NRI ਨੇ ਜਿਹੜੇ ਪ੍ਰਵਾਸ ਕਰ ਗਏ ਪੰਜਾਬ ਜਿਹੜੇ ਛੱਡ ਕੇ UP ਚਲੇ ਗਏ ਜਾਂ ਵਿਦੇਸ਼ ਚਲੇ ਗਏ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ 60 ਲੱਖ ਦੇ ਵਿੱਚ, ਜਾਲੀ ਨਾ ਹੋਣ ਮਤਲਬ 8 ਲੱਖ ਕੱਟੀਆਂ ਤੇ ਗਈਆਂ ਨੇ ਅੱਜ ਦੀਆਂ ਰਿਪੋਰਟਾਂ ਦੇ ਵਿੱਚ, ਪਰ ਉਹਦੇ 'ਚ ਇਹ ਹੋ ਸਕਦਾ ਕਿ ਉਹ ਇਸ ਤਰ੍ਹਾਂ ਜਿਹੜੀਆਂ ਵੋਟਾਂ ਸੀਗੀਆਂ ਜਿਹਨਾਂ ਦਾ ਆਧਾਰ ਨਹੀਂ ਸੀ ਉਹ ਆਧਾਰ ਕਾਰਡ ਨਾਲ ਜਦੋਂ ਕੋਲਿੰਗ ਕੀਤਾ ਗਿਆ ਉਹ ਡਿਮੋਲਿਸ਼ ਕਰਨੀਆਂ ਪਈਆਂ। ਜਿਹੜੀਆਂ ਅਸੀਂ ਗੱਲ ਕਰਦੇ ਹਾਂ ਟਵਾਣਾ ਜੀ ਇਸ ਦਾ ਪ੍ਰਵਾਸੀ ਵੋਟਰਾਂ ਦੀ ਜਾਂ ਝੁੱਗੀਆਂ ਵਾਲਿਆਂ ਦੀ ਜਿਹੜੀ ਗੱਲ ਕਰਦੇ ਹਾਂ ਅਸੀਂ, ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਜ਼ਿਆਦਾ ਵੱਡਾ ਕਸੂਰ ਹੈ। ਮਸਲਨ ਕਿਵੇਂ ਹੋਣੇ ਚਾਹੀਦੇ ਨੇ, ਕਿੱਥੇ ਹੇਰਾਫੇਰੀ ਹੁੰਦੀ ਹੈ? ਇਲੈਕਸ਼ਨ ਕਮਿਸ਼ਨ ਕੀ ਕਹਿੰਦਾ ਹੈ, ਜੋ ਤੁਸੀਂ ਵੋਟ ਬਣਾਉਣੀ ਹੈ ਉਸ ਏਰੀਏ ਦੇ ਵਿੱਚ ਜਾਓ, ਜੇ ਇੱਕ ਭਿਖਾਰੀ ਹੈ ਤੁਸੀਂ ਉਹਦੀ ਵੋਟ ਬਣਾਉਣੀ ਹੈ ਜੀ, ਉੱਥੇ ਤੁਸੀਂ 2-3 ਵਾਰੀ ਜਾਓ, ਉਹਨੂੰ ਤੁਸੀਂ ਕੁਛ ਨਹੀਂ ਪੁੱਛਣਾ ਵੀ ਕੀ ਹੈ ਕੀ ਨਹੀਂ, ਉਹਨੂੰ ਤੁਸੀਂ ਵੋਟ ਰਜਿਸਟਰ ਕਰ ਦੇਣਾ ਜੀ। ਇਹ ਬਹੁਤ ਵੱਡੀ ਗੱਲ ਹੈ। ਅੱਜ ਭਿਖਾਰੀ ਇੱਕ ਖੰਭੇ ਕੋਲੇ ਬੈਠਾ ਹੈ, ਉਹਦੀ ਤੁਸੀਂ ਉੱਥੇ ਵੋਟ ਬਣਾ ਗਏ, 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਉਹ ਦੂਜੇ ਖੰਭੇ ਕੋਲੇ ਜਾ ਵੜਿਆ, ਉਹਦੀ ਵੋਟ ਉੱਥੇ ਵੀ ਬਣ ਗਈ। ਕੀ ਪ੍ਰੋਸੈਸ ਕੀ ਹੈ, ਥੋੜ੍ਹਾ ਜਿਹਾ ਜਾਣਨਾ ਚਾਹਾਂਗਾ ਕਿ ਜਿਹੜਾ ਵਿਅਕਤੀ ਖੰਭੇ ਕੋਲ ਬੈਠਾ ਉਹਦੀ ਵੀ ਵੋਟ ਬਣ ਜਾਂਦੀ ਹੈ ਜਾਂ ਕੋਈ ਝੁੱਗੀ ਝੋਪੜੀ ਕੋਈ ਰਹਿਸ਼? ਪ੍ਰੋਸੈਸ ਕੀ ਹੈ ਉਹਦੀ? ਪ੍ਰੋਸੈਸ ਇਹ ਹੈ ਜੀ ਵੀ ਜੇ ਕਿਸੇ ਕੋਲ ਮਕਾਨ ਵੀ ਨਹੀਂ ਹੈ ਜਿੱਥੇ ਉਹ ਰਹਿ ਰਿਹਾ, ਰਹਿਣ ਦੀ ਕੋਈ ਇਹਨਾਂ ਦੀ ਭਾਵੇਂ ਖੋਲੀ 'ਚ ਰਹਿ ਰਿਹਾ, ਬਿਲਕੁਲ ਜੀ, ਰਹਿਣ ਦੀ ਕੋਈ ਡੈਫੀਨੇਸ਼ਨ ਹੀ ਹੈ ਨਹੀਂ। ਅੱਛਾ ਜੀ, ਫਿਰ ਉਹ ਡਰੈਸ ਕਿਹਦਾ ਦਿੱਤਾ ਜਾਂਦਾ? ਕੁੜ ਦੇ ਥੱਲੇ ਪਿਆ ਹੈਗਾ। ਅੱਛਾ ਜੀ, ਉਹਦੀ ਵੀ ਤੁਸੀਂ ਵੋਟ ਬਣਾ ਦਿਓ, ਫਿਰ ਉਹ ਖੰਭੇ ਦਾ ਨੰਬਰ ਲੱਗਦਾ। ਉਹੀ ਗੱਲ ਆ, ਉਹਦਾ ਮਲੀ ਸਾਹਿਬ ਜੇ ਪੁਲਿਸ ਨੂੰ ਲੱਭਣਾ ਪੈ ਜਾਏ ਕਿੱਥੇ ਲੱਭੋਗੇ ਉਹਨੂੰ? ਨਹੀਂ ਨਹੀਂ, ਗਲਤ ਹੈ, ਨਹੀਂ ਚਾਹੀਦਾ। ਉਹ ਸਰ ਤੁਹਾਨੂੰ ਮੈਂ ਦੱਸਦਾ, ਪੁਲਿਸ ਵਾਲੀ ਗੱਲ ਵੀ ਮੈਂ ਦੱਸਦਾ, ਮੈਂ ਫਰੀਦਕੋਟ ਸੀਗਾ। ਅੱਛਾ ਜੀ, ਫਰੀਦਕੋਟ ਅਸੀਂ ਉਹ ਵੋਟਰ ਕਾਰਡ ਬਣਨ ਵਾਸਤੇ ਸੀ ਭੇਜਦੇ ਜੀ, ਤਾਂ ਜਦੋਂ ਕਮੇਟੀ ਵਾਲੇ ਬਣਨ ਗਏ ਉਹਨਾਂ ਨੇ ਕਹਿਤਾ ਜੀ ਇਹ ਬੰਦੇ ਨਹੀਂ। ਅੱਛਾ ਜੀ, ਉਹ ਇੱਦਾਂ ਹੀ ਸੀਗੇ? 850 ਦੇ ਕਰੀਬ ਵੋਟਰ ਕਾਰਡ ਸੀਗਾ, ਉਹ ਮੁੜੇ ਉਹ ਕਹਿੰਦੇ ਬੰਦੇ ਹੈ ਨਹੀਂ ਇਹ। ਅੱਛਾ ਜੀ, ਉਹ ਜ਼ਿਆਦਾਤਰ ਇਦਾਂ ਦੇ ਸੀ ਬਿਨਾਂ ਘਰ ਤੋਂ। ਹਾਂਜੀ ਹਾਂ, ਉਹ ਨੂੰ ਦੱਸਦੇ ਆ, ਮੈਂ ਦੁਬਾਰੇ ਭੇਜਿਆ ਈਓ ਨੂੰ ਵੀ ਤੂੰ ਪਰਸਨਲੀ ਜਾ ਜੀ, ਬੰਦੇ ਕਿਵੇਂ ਹੈ ਨਹੀਂ, ਇਹਨਾਂ ਬੰਦਾ ਕਿੱਥੋਂ ਭੱਜ ਗਿਆ ਤੂੰ, 800 ਬੰਦਾ। ਹਾਂ, ਉਹ ਗਿਆ ਜੀ ਦੁਬਾਰੇ ਗਿਆ, ਉਹ ਕਹਿੰਦੇ ਵੀ ਨਹੀਂ, ਉਹ ਵੀ ਕਹਿੰਦਾ ਜੀ ਇਸ ਏਰੀਏ ਚ ਬੰਦੇ ਹੈ ਨਹੀਂ। ਅੱਛਾ ਜੀ, ਤੀਜੀ ਵਾਰ ਅਸੀਂ ਆਪਦਾ ਨੈਬਸੀਲਾ ਨਾਲ ਭੇਜਤਾ ਵੀ ਜਾਓ। ਅੱਛਾ ਜੀ, ਤੇ ਨਾਲ ਮੈਂ ਚਲਾ ਗਿਆ, ਉਹ ਦੇਖ ਕੇ ਕਹਿੰਦੇ ਜੀ ਬੰਦੇ ਹੈ ਨਹੀਂ। ਮੈਂ ਯਾਰ ਆਲੇ ਦੁਆਲੇ ਤੋਂ ਪਤਾ ਲਓ, ਝੁੱਗੀ ਵਾਲਿਆਂ ਤੋਂ ਕਿਸੇ ਤੋਂ ਪਤਾ ਲਓ। ਫੋਟੋਆਂ ਉਹਨਾਂ ਦੀਆਂ ਪੰਜਾਬੀ ਲੋਕ ਦੇ ਬੰਦੇ ਸੀ? ਪੰਜਾਬੀ ਬੰਦੇ ਸੀ? ਨਾ ਜੀ ਨਾ,
ਪ੍ਰਵਾਸੀ ਦੂਜੇ ਸੀ ਹਾਂ ਅੱਛਾ ਉਹ ਫੋਟੋ ਦੇਖ ਕੇ ਹੀ ਸਾਨੂੰ ਹੋਇਆ ਨਾਂ ਤੋਂ ਪਤਾ ਲੱਗ ਗਿਆ ਦੂਜਿਆਂ ਤੋਂ ਪਤਾ ਲਓ ਨਾਂ ਤਾਂ ਰੱਖ ਲੈਂਦੇ ਜੀ ਸਿੰਘ ਵੀ ਰੱਖ ਲੈਂਦੇ ਅੱਛਾ ਜੀ ਨਾਂ ਦੇ ਨਾਲ ਸਿੰਘ ਵੀ ਲੱਗ ਜਾਂਦੇ ਉਹ ਕਹਿੰਦੇ ਜੀ ਬੰਦੇ ਇਹ ਸਾਡੇ ਸੀ ਇਹ ਇੱਥੋਂ ਬਦਲ ਕੇ ਜਗਰਾਓ ਚਲੇ ਗਏ ਅੱਛਾ ਜੀ ਹੁਣ 800 ਬੰਦਾ ਮਾਈਗ੍ਰੇਟ ਹੋ ਕੇ ਉੱਥੇ ਚਲਾ ਗਿਆ ਉਹ 800 ਸਾਨੂੰ ਕੱਟਣੀਆਂ ਪੈ ਗਈਆਂ ਕੱਟਣੀਆਂ ਪਈਆਂ ਤੇ ਉਹ ਮੁੜ ਕੇ ਉਹਦਾ ਜਵਾਬ ਭੇਜਦੇ ਤੂੰ 800 ਵੋਟਾਂ ਕਿਉਂ ਕੱਟਤੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਰੌਲਾ ਪਾਉਂਦੀਆਂ ਦੇਖੋ ਜੀ ਇਹਨਾਂ ਨੇ ਸਾਡੀਆਂ ਵੋਟਾਂ ਕੱਟਤੀਆਂ ਵੋਟਾਂ ਕਿਸੇ ਦੀ ਨਹੀਂ ਹੁੰਦੀਆਂ ਵੋਟਾਂ ਪਰੇਸ਼ਾਨ ਨਹੀਂ ਹੁੰਦੀਆਂ ਜਿਵੇਂ ਮਾਸਟਰ ਮੇਰੇ ਫਾਦਰ ਸਾਹਿਬ ਦਾ ਆਪਣਾ ਮਾਮਲਾ ਹੈ ਇੱਥੇ ਇੱਕ ਨੇੜਲੇ ਪਿੰਡ 'ਚ ਜੋਬ 'ਚ ਸੀਗੇ ਇੱਕ ਕੁੜੀ ਵਿਆਹੀ ਗਈ ਉਹ ਕੁੜੀ ਦਾ ਵਿਆਹ ਹੋ ਗਿਆ ਅਤੇ ਉਹ ਦੂਜੀ ਪਾਰਟੀ ਕਹਿੰਦੀ ਮੱਲੀ ਸਾਹਿਬ ਕਿ ਇਹ ਕੁੜੀ ਵਿਆਹੀ ਗਈ ਦੀ ਵੋਟ ਕੱਟ ਦਿਓ ਹੁਣ ਪਾਪਾ ਦੀ ਜ਼ਿੰਮੇਵਾਰੀ ਸੀ ਉਹ ਵੋਟ ਕੱਟ ਦਿੱਤੀ ਅਤੇ ਉਹ ਦੂਜੀ ਪਾਰਟੀ ਵਾਲੇ ਆ ਕੇ ਇੱਕ ਲੀਡਰ ਕੋਲ ਆ ਗਏ ਅਤੇ ਪਾਪਾ ਮੇਰੇ ਦੀ ਬਦਲੀ ਚੱਕ ਕੇ ਉਹ ਹਰਿਆਣੇ ਦੇ ਬਾਰਡਰ 'ਤੇ ਕਰ ਦਿੱਤੀ ਉਸ ਤੋਂ ਬਾਅਦ ਇੰਟਰਸਟਿੰਗ ਗੱਲ ਤੁਹਾਨੂੰ ਦੱਸਾਂ ਅਤੇ ਮੈਂ ਉਦੋਂ ਮੀਡੀਆ 'ਚ ਨਹੀਂ ਸੀਗਾ ਅਤੇ ਅਸੀਂ ਉਸ ਲੀਡਰ ਨੂੰ ਮਿਲੇ ਅਸੀਂ ਕਿਹਾ ਜੀ ਕਸੂਰ ਕੀ ਹੈ ਇਹਦਾ ਮਤਲਬ ਤੁਸੀਂ ਗੁਰਸਿੱਖ ਹੋ ਤੁਸੀਂ ਖੁਦ ਗਲਤ ਕੰਮ ਕਰਾਉਂਦੇ ਹੋ ਉਹ ਕਹਿੰਦੇ ਚਲੋ ਕੋਈ ਨਹੀਂ ਸੋਚਦੇ ਹਾਂ ਫਿਰ ਉਸ ਸਤਿਕਾਰਤ ਲੀਡਰ ਦੇ ਮਾਤਾ ਜੀ ਮਰ ਗਏ ਜਦੋਂ ਮਾਤਾ ਜੀ ਉਹਨਾਂ ਦੇ ਮਰ ਗਏ ਅਤੇ ਸਾਨੂੰ ਜਿਹੜਾ ਉਹ 'ਚ ਡਨ ਲਾਇਆ ਗਿਆ ਪਾਪਾ ਜੀ ਦੇ ਟ੍ਰਾਂਸਫਰ ਹੋ ਗਈ ਕਹਿੰਦੇ ਚਲੋ ਕੋਈ ਨਹੀਂ ਜੀ ਫਿਰ ਉੱਥੇ ਹੀ ਲਿਆ ਦੇਣਾ ਤੁਹਾਨੂੰ ਹੋ ਗਿਆ ਕੋਈ ਗੱਲ ਨਹੀਂ ਅਸੀਂ ਆਪਣੇ ਬੰਦੇ ਠੰਡੇ ਕਰਨੇ ਨੇ ਅਤੇ ਕਹਿੰਦੇ ਜੀ ਇਸ ਤਰ੍ਹਾਂ ਕਰੋ ਸਾਡੀ ਦਾਦੀ ਦਾ ਹੈਗਾ ਭੋਗ ਅਤੇ ਗੁਰੂ ਘਰ ਨੂੰ ਭਾਂਡੇ ਦੇਣੇ ਆ ਤੁਸੀਂ ਭਾਂਡੇ ਦੇ ਦਿਓ ਅਸੀਂ 3500 ਰੁਪਏ ਦੇ ਭਾਂਡੇ ਉਸ ਬਜ਼ੁਰਗ ਦੇ ਨਾਂ 'ਤੇ ਦਿੱਤੇ ਮੈਂ ਕਿਹਾ ਵੀ ਉਹਦਾ ਫਾਇਦਾ ਤਾਂ ਸਾਡੀ ਦਾਦੀ ਨੂੰ ਹੋਣਾ ਹੈ ਇਹ ਤੁਹਾਡੀ ਦਾਦੀ ਦੇ ਲੇਖੇ 'ਚ ਨਹੀਂ ਸਾਡੀ ਦਾਦੀ ਦੇ ਲੇਖੇ 'ਚ ਪੁੰਨ ਹੋਇਆ ਇਹ ਮੈਂ ਇਸ ਗੱਲ ਦਾ ਗਵਾਹ ਹਾਂ ਵੀ ਮਤਲਬ ਇੱਕ ਵੋਟ ਕੱਟਣ ਦੀ ਸਜ਼ਾ ਹੈ ਜਿਹੜੀ ਇੱਥੋਂ ਤੱਕ ਜਾਂਦੀ ਹੈ ਕਿ ਚੱਕ ਕੇ ਹਰਿਆਣਾ ਦੇ ਬਾਰਡਰ 'ਤੇ ਉਹਨਾਂ ਨੂੰ ਮਾਰਿਆ ਰਿਟਾਇਰਮੈਂਟ ਦੇ ਉਹ ਨੇੜੇ ਸੀ ਉਹ ਕਹਿੰਦੇ ਮੈਂ ਤਾਂ ਰਿਟਾਇਰਮੈਂਟ ਲੈ ਲੈਣਾ ਕੋਸ਼ਿਸ਼ ਕਰਕੇ ਮਤਲਬ ਜਦੋਂ ਅਸੀਂ ਪੱਖ ਰੱਖਿਆ ਅਤੇ ਉਸ ਦੇ ਵਿੱਚ 3500 ਰੁਪਏ ਦੇ ਭਾਂਡੇ ਸਾਨੂੰ ਦੇਣੇ ਪਏ ਸੋ ਇਹ ਜਿਹੜਾ ਪੱਖ ਹੈ ਇਸ ਦੇ ਵਿੱਚ ਮੱਲੀ ਸਾਹਿਬ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੋਟਾਂ ਨੇ ਇਸ ਤਰ੍ਹਾਂ ਦੇ ਲੋਕ ਫਿਰ ਅਪਰਾਧ ਦੇ ਵਿੱਚ ਵੀ ਬਹੁਤ ਇਨਵੋਲਵ ਹੁੰਦੇ ਹੋਣੇ ਬਿਲਕੁਲ ਜੀ ਬੰਦੇ ਜਿਹੜੇ ਹੈ ਮਤਲਬ ਕਿ ਅਪਰਾਧ ਵੀ ਕਰਦੇ ਆ ਜੀ ਕਿਉਂਕਿ ਜਿਹੜੇ ਸਾਡੇ ਪੋਲਿਟਿਕਸ ਲੋਕ ਨੇ ਉਹ ਆਪਣੇ ਫਾਇਦੇ ਲਈ ਕੁਛ ਵੀ ਕਰਨ ਲਈ ਤਿਆਰ ਨੇ ਜੀ ਉਹ ਕਿਉਂਕਿ ਪੋਲਿਟਿਕਸ ਦਾ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਇਹਨਾਂ ਦਾ ਤਾਂ ਕੋਈ ਗੁਰਪੀਰ ਨਹੀਂ ਹੈ ਨਹੀਂ ਜੀ ਇਸ ਤਰ੍ਹਾਂ ਸਾਨੂੰ ਸਭ ਕੁਝ ਮਾਫ ਹੈ ਇੱਕ ਜਿਹੜਾ ਅਧਿਕਾਰੀ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਜੀ ਕਿਉਂਕਿ ਉਹ ਜੇ ਕੋਈ ਗਲਤ ਕੰਮ ਕਰਦਾ ਉਹਦੀ ਨੌਕਰੀ ਖਤਰੇ 'ਚ ਹੋ ਸਕਦੀ ਇਹਨਾਂ ਦੀ ਕੋਈ ਨੌਕਰੀ ਖਤਰੇ 'ਚ ਨਹੀਂ ਹੈ ਜੀ ਅੱਛਾ ਦੂਸਰਾ ਸਿੱਧੂ ਸਾਹਿਬ ਜਿਹੜਾ ਇੱਕ ਟ੍ਰੈਂਡ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੇ ਇਹ ਅੰਦੇਸ਼ਾ ਜ਼ਾਹਰ ਕੀਤਾ ਕਿ ਜਿਨ੍ਹਾਂ ਦੀ ਹੁਣ ਉਮਰ ਬਾਲਗ ਹੋ ਗਈ ਹੈ ਵੋਟਾਂ ਬਣਾਉਣ ਦੇ ਜਿਹੜੇ ਕਾਬਲ ਨੇ ਸੈਂਸਸ ਦੇ ਆਧਾਰ 'ਤੇ 11.5 ਲੱਖ ਨਵੇਂ ਮੁੰਡੇ ਅਤੇ ਕੁੜੀਆਂ ਨੇ ਜਿਨ੍ਹਾਂ ਦੀ ਵੋਟ ਬਣਨੀ ਹੈ ਪਰ ਉਹਨਾਂ ਦੇ ਵਿੱਚੋਂ ਅਜੇ ਸਿਰਫ 2,37,000 ਦੀਆਂ ਵੋਟਾਂ ਬਣੀਆਂ ਨੇ ਬਾਕੀ ਦਾ ਜਿਹੜਾ ਪੰਜਾਬੀ ਗੱਭਰੂ ਹੈ ਜਾਂ ਮੁਟਿਆਰਾਂ ਨੇ ਉਹ ਵੋਟਾਂ ਬਣਾਉਣ ਦੇ ਲਈ ਤਿਆਰ ਨਹੀਂ ਹੋ ਰਹੇ ਕੀ ਕਾਰਨ ਹੈ ਉਹ ਪ੍ਰਵਾਸ ਕਰ ਗਏ ਜਾਂ ਜਿਹੜਾ ਯੂਥ ਹੈ ਉਹ ਕਿਉਂ ਨਹੀਂ ਵੋਟਾਂ ਬਣਾ ਰਿਹਾ ਇਹਦੇ ਵਿੱਚ ਕਈ ਕਾਰਨ ਇਨਵੋਲਵ ਹੈ ਜੀ ਇੱਕ ਤਾਂ ਜਿਹੜੇ ਟੀਨੇਜਰ ਹੁੰਦੇ ਆ ਉਹਨਾਂ ਨੇ ਇੱਧਰੋਂ ਉੱਧਰੋਂ ਐਡਮਿਸ਼ਨ ਲੈਣੀ ਹੁੰਦੀ ਹੈ ਜੀ ਉਹ ਆਪਦੀ ਲੋਕੇਸ਼ਨ ਛੱਡ ਕੇ ਉਹ ਕਿਸੇ ਨੇ ਚੰਡੀਗੜ੍ਹ ਜਾ ਕੇ ਐਡਮਿਸ਼ਨ ਲੈ ਲਈ ਬਠਿੰਡੇ ਵਾਲੇ ਨੇ ਆ ਕੇ ਪਟਿਆਲੇ ਲੈ ਲਈ ਪਟਿਆਲੇ ਵਾਲੇ ਨੇ ਆ ਕੇ ਕਿਤੇ ਹੋਰ ਲੈ ਲਈ ਜੀ ਇਹ ਜ਼ਿਆਦਾਤਰ ਜਿਹੜੇ ਹੈ ਬੱਚੇ ਉਹ ਇੱਧਰਲੇ ਪਾਸੇ ਆ ਉਹਨਾਂ ਦਾ ਧਿਆਨ ਨਿਗਾਹ ਜਿਹੜੀ ਹੈ ਉਹਨਾਂ ਦੀ ਆਪਦੀ ਪੜ੍ਹਾਈ ਦੇ ਵਿੱਚ ਹੈ ਉਹਨਾਂ ਦੀ ਹੋਰ ਪਾਸੇ ਨਹੀਂ ਹੁੰਦੀ ਜੀ ਜਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਪ੍ਰਵਾਸ ਵਾਲੀ ਗੱਲ ਹੈ ਇਹ ਵੀ ਕੁਛ ਹਿੱਸਾ ਹੈਗਾ ਇਹਨਾਂ ਦਾ ਚਾਹੇ 0.07% ਹੈਗਾ ਬਟ ਉਹਨਾਂ ਦਾ ਵੀ ਹੈਗਾ ਕੁਛ ਇਸ ਤਰ੍ਹਾਂ ਦੇ ਵੀ ਹੈ ਇਹਨਾਂ ਤੋਂ ਦੁਖੀ ਵੀ ਹੋਏ ਹੈ ਕਿਉਂਕਿ ਬੇਰੁਜ਼ਗਾਰੀ ਜੀ ਤੇ ਜਿਹੜਾ ਪੋਲੀਟੀਕਲ ਸਿਸਟਮ ਹੈ ਇਹਨਾਂ ਨੇ ਦੇਖਿਆ ਵੀ 30-35% ਜਿਹੜੇ ਆ ਉਹ ਦਾਗੀ ਬੰਦੇ ਹੁੰਦੇ ਹੀ ਹੈ ਜੀ ਜਿਹੜਾ ਹਾਰ ਜਾਂਦਾ ਉਹਨੂੰ ਕਿਸੇ ਹੋਰ ਥਾਂ 'ਤੇ ਨਿਵਾਜ ਦਿੰਦੇ ਆ ਜੀ ਇਹ ਜਿਹੜੇ ਸੈਂਸਿਟਿਵ ਜਿਹੜੀ ਹੈ ਟੀਨੇਜਰ ਸੈਂਸਿਟਿਵ ਜ਼ਿਆਦਾ ਹੁੰਦੇ ਆ ਉਹ ਦੁਖੀ ਹੁੰਦੇ ਆ ਇਹਨਾਂ ਤੋਂ ਜੀ ਉਹ ਇਸ ਕਰਕੇ ਵੀ ਨਹੀਂ ਵੋਟ ਬਣਾ ਰਹੇ ਮਤਲਬ ਨੌਜਵਾਨੀ ਨਿਰਾਸ਼ ਹੈ ਸਿਸਟਮ ਤੋਂ ਮੱਲੀ ਸਾਹਿਬ ਤੁਹਾਡਾ ਕੀ ਸੋਚਣਾ ਤੁਹਾਡੀ ਫੈਮਿਲੀ ਵੀ ਅਬਰੋਡ 'ਚ ਹੈ ਉਰੇ ਵੀ ਤੁਹਾਡੇ ਬੱਚੇ ਰਹਿੰਦੇ ਨੇ ਬਾਹਰ ਵੀ ਰਹਿੰਦੇ ਨੇ ਪਰਿਵਾਰ ਤੁਹਾਡਾ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਸਾਡਾ ਨੌਜਵਾਨ ਹੈ ਸਾਡੀਆਂ ਮੁਟਿਆਰਾਂ ਨੇ ਬੀਬੀਆਂ ਰਾਣੀਆਂ ਨੇ ਉਹ ਇਸ ਇਲੈਕਸ਼ਨ ਪ੍ਰੋਸੈਸ ਤੋਂ ਇੰਨੀਆਂ ਕਿਉਂ ਲਾਂਭੇ ਨੇ ਜਿਸ ਤਰ੍ਹਾਂ ਇੰਨੀਆਂ ਘੱਟ ਵੋਟਾਂ ਬਣ ਰਹੀਆਂ ਨੇ ਇਲੈਕਸ਼ਨ ਦੇ ਵਿੱਚ 7-8 ਮਹੀਨੇ ਰਹਿੰਦੇ ਨੇ ਸਟੂਡੈਂਟ ਦਾ ਐਡਮਿਸ਼ਨ ਦਾ ਟਾਈਮ ਹੈ ਇਹ ਵੋਟਾਂ ਬਣਨ ਦੀ ਉਮੀਦ ਵੀ ਕੋਈ ਨਹੀਂ ਲੱਗਦੀ ਕੀ ਲੱਗਦਾ ਕਿ ਜਿਹੜਾ ਵੋਟ ਦੇ ਅਧਿਕਾਰ ਲਈ ਇੰਨੀ ਜੱਦੋਜਹਿਦ ਹੋਈ ਸਿਸਟਮ ਨੂੰ ਬਦਲਣ ਦੇ ਲਈ ਵੋਟ ਇੰਨੀ ਜ਼ਰੂਰੀ ਹੈ ਕਿਉਂ ਸਾਡੀ ਅਲੀਟ ਕਲਾਸ ਪੜ੍ਹੇ ਲਿਖੇ ਲੋਕ ਤਾਂ ਖੈਰ ਆਉਣ ਲੱਗੇ ਨੇ ਵੋਟਾਂ 'ਚ ਹੁਣ ਪਾਉਣ ਲੱਗੇ ਨੇ ਥੋੜ੍ਹੇ ਅਲੀਟ ਕਲਾਸ ਬਾਕੀ ਜਿਹੜੇ ਬੱਚੇ ਨੇ ਉਹ ਇਸ ਤੋਂ ਕਿਨਾਰਾਕਸ਼ੀ ਕਰ ਰਹੇ ਨੇ ਜਿਸ ਤਰ੍ਹਾਂ ਰਿਪੋਰਟਾਂ ਆ ਰਹੀਆਂ ਨੇ ਨਵੀਂ ਜਨਰੇਸ਼ਨ ਹੈ ਜਿਹੜੀ ਉਹ ਕਹਿੰਦੇ ਅਸੀਂ ਆਪਣੀ ਪੜ੍ਹਾਈ ਵੱਲ ਧਿਆਨ ਦੇਈਏ ਅਤੇ ਅਸੀਂ ਵੋਟਾਂ ਤੋਂ ਕੀ ਲੈਣਾ ਜੀ ਉਹ ਆਪਣੇ ਕੋਈ ਬੱਚਾ ਜਿਵੇਂ ਸਿੱਧੂ ਸਾਹਿਬ ਦੱਸ ਕੇ ਹਟੇ ਨੇ ਕੋਈ ਚੰਡੀਗੜ੍ਹ ਬੈਠਾ ਕੋਈ ਕਿਤੇ ਬੈਠਾ ਜਿੱਥੇ ਉਹਨੂੰ ਵਧੀਆ ਟਿਊਟਰ ਮਿਲ ਜਾਂਦਾ
उस एरिए अपना मेहनत करता है, कोई दिल्ली बैठा है अपनी तैयारी कर रहा है जी मेरा अपना कैरियर बनावा, तो बाकी जेडे बच्चे है वह थोड़ा जा भी जाके फोटो खिचाऊगा जी कड़ा जाएगा उत्थे वोट बनाने लिए क्यों जाइए, आधार कार्ड बनाने लिए नहीं बच्चे जा रहे जी क्योंकि आधार कार्ड इन्ना जरूरी है वो भी बच्चे नहीं जाने तैयार हुए असं क्यों जाइए जी उत्थे घंटे खड़ना पैंदा लाइन का तो अलग है जी लाइन का तो हम असि सुझाव भेजा सी एक वोटर जिहड़ा हैगा ओह आपदी फोटो लेके आवे ओह फोटो साडे बीएलओ नूं देवे ओह अगे हो जाऊगा बट बीएलओ नूं फोटो देती बीएलओ ने अगे जाके जमा कराती एसडीएम को एसडीएम तो कहां जाके आनी है इहदे कोले साडे डिस्ट्रिक्ट इलैक्शन ऑफिस दे विच आनी है डिस्ट्रिक्ट इलैक्शन ऑफिस वालिआं दे फिर आपदे सारे है नहीं कोई उन्होंने जाके एक प्राइवेट कंपनी है जिहड़ी थर्ड क्लास कंपनी जिन्हें पैसे दे लै लू के आपदा ठेका लिया होया उहनूं दे देना उहदे कोलों फिर अगे उत्थे महीनिआं बद्धी लग जांदा कम्म जी महीनिआं बद्धी लग के हुण एक कंपनी सीगी इत्थे जीरकपुर बेस्ड सी जी बना रही सी आई कार्ड बना रही सी जी ओदा इंफ्रास्ट्रक्चर आके रेड मार के फड़ लिया उत्थे इनकम टैक्स दे विच जी ओ आई कार्ड भी सारे नाल ही चले गए जी 20-25 हज़ार ओ लोग तुरे फिरदे आ मेरा आपदा आई कार्ड जिहड़ा हैगा ओ गुम गया मेरा आपदा आई कार्ड जिहड़ा मैं गुमया होया सीगा ओ दुबारा बनाउणा सी ओ भी विच ही गया नाल दी नाल ही जी क्योंकि 25,000 कार्ड 26,000 कार्ड ओ लोग तां उड़ीकदे आ वी असीं कल खिचा के आए आ फोटो ते सानू इह तीजे दिन मिले जिधर गया बाणी उधर गया बाजार गलती उहनां दी नाल तुहाडे कार्ड वी गए। दूसरा जिहड़ा एक ट्रेंड सत्कारत अकाल चैनल दे दर्शकां नूं मैं दसना चाहवांगा जिस तरह वह कहिंदे आ ना कि बहुता भला ना मेघला ते बहुती भली ना धुप, बहुता भला ना बोलना ते बहुती भली ना चुप, पर जिहड़े ट्रेंड आ रहे ने ਤੁਹਾਡੇ ਇਲੈਕਸ਼ਨ ਕਮਿਸ਼ਨ ਨਾਲ ਸੰਬੰਧਿਤ ਜਦੋਂ ਇਲੈਕਸ਼ਨ ਦੇ ਵਿੱਚ ਕੋਈ ਵੀ ਉਮੀਦਵਾਰ ਭਾਗ ਲੈਂਦਾ ਸਿੱਧੂ ਸਾਹਿਬ ਤਾਂ ਉਹਨੂੰ ਦੱਸਣਾ ਪੈਂਦਾ ਮਲੀ ਸਾਹਿਬ ਕਿ ਮੇਰੇ 'ਤੇ ਆਹ ਆਹ ਕੇਸ ਦਰਜ ਨੇ, ਉਹਨੂੰ ਆਪਣਾ ਹਲਫੀ ਅਭਿਆਨ ਉੱਥੇ ਦੱਸਣਾ ਪੈਂਦਾ ਕਿ ਮੇਰੇ 'ਤੇ ਆਹ ਕੇਸ ਦਰਜ ਨੇ, ਆਪਣਾ ਰਿਕਾਰਡ ਉਸਨੂੰ ਦੱਸਣਾ ਪੈਂਦਾ। 12 ਵਰ੍ਹਿਆਂ ਦੇ ਦੌਰਾਨ ਜਿਹੜੇ ਰਿਕਾਰਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਆਏ ਨੇ ਉਹਨਾਂ ਦੀ ਜਿਹੜੀ ਰਿਪੋਰਟ ਹੈ ਦਰਸ਼ਕੋ ਹੈਰਾਨ ਕਰਨ ਵਾਲੀ ਹੈ ਕਿ ਜਿਹੜੇ ਗੰਦਾ ਬੋਲਣ ਵਾਲੇ ਲੋਕ ਨੇ, ਕਾਲੀ ਜ਼ੁਬਾਨ ਵੱਧ ਜ਼ੁਬਾਨ ਵਾਲੇ ਜਿਹੜੇ ਲੋਕ ਨੇ ਉਹ ਭਾਰਤ ਦੇ ਵਿੱਚ ਜ਼ਿਆਦਾ ਕਾਮਯਾਬ ਨੇ ਸਿਆਸਤ ਦੇ ਵਿੱਚ। ਮਸਲਨ 12 ਵਰ੍ਹਿਆਂ ਦੇ ਦੌਰਾਨ ਇੰਡੀਆ ਦੇ ਵਿੱਚ 82,970 ਲੋਕਾਂ ਨੇ ਚੋਣ ਲੜੀ ਜਿਨ੍ਹਾਂ 'ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਸੀ, ਸਾਫ਼ ਲੋਕ ਸੀਗੇ ਜਿਹੜੇ। ਉਹਨਾਂ ਦੇ ਵਿੱਚੋਂ 8,103 ਲੋਕ ਜਿੱਤੇ ਨੇ, MLA MP ਬਣੇ ਨੇ, ਜਾਣੀ ਕਿ 10% ਕਾਮਯਾਬ ਹੋਏ ਨੇ। ਪਰ ਇਸ ਦੇ ਨਾਲ ਨਾਲ ਜਿਹੜੇ ਅਪਰਾਧੀ ਸੀਗੇ ਮੱਲੀ ਸਾਹਿਬ, ਜਿਨ੍ਹਾਂ 'ਤੇ ਕੋਈ ਚੋਰੀ ਦਾ, ਗਾਲੀ ਗਲੋਚ ਦਾ, ਜਾਇਦਾਦਾਂ ਦਾ ਬਣਦਾ, ਕੁੱਟਮਾਰ ਦਾ ਪਰਚਾ ਦਰਜ ਸੀਗਾ, ਜਿਨ੍ਹਾਂ ਦਾ ਰਿਕਾਰਡ ਅਪਰਾਧਿਕ ਸੀਗਾ, ਉਹ 17,892 ਲੋਕ ਨੇ ਜਿਹੜੇ ਚੋਣ ਲੜੇ, ਜਿਨ੍ਹਾਂ ਦੇ ਵਿੱਚੋਂ 3,597 ਲੋਕ ਸਫਲ ਹੋਏ ਜਿੱਤੇ, 20% ਲੋਕ ਕਾਮਯਾਬ ਹੋਏ। ਮਤਲਬ ਅਪਰਾਧਿਕ ਵਾਲਿਆਂ ਨਾਲੋਂ ਜਿਹੜੇ ਗੈਰ ਅਪਰਾਧਿਕ ਨਾਲੋਂ ਜਿਹੜੇ ਅਪਰਾਧੀ ਸੀਗੇ ਉਹ ਜ਼ਿਆਦਾ ਕਾਮਯਾਬ ਹੋਏ। ਹੁਣ ਜਿਨ੍ਹਾਂ 'ਤੇ ਵੱਧ ਜ਼ੁਬਾਨੀ ਦੇ, ਗਾਲਾਂ ਕੱਢਣ ਦੇ, ਇੱਕ ਦੂਸਰੇ ਨੂੰ ਧਮਕਾਉਣ ਦੇ, ਗਾਲੀ ਗਲੋਚ ਕਰਨ ਦੇ ਦੋਸ਼ ਸੀਗੇ, ਜਾਣੀ ਕਿ ਵੱਧ ਜ਼ੁਬਾਨੀ ਦੇ ਦੋਸ਼ ਸੀਗੇ, ਉਹ 399 ਲੋਕਾਂ 'ਤੇ ਸੀ ਸਿੱਧੂ ਸਾਹਿਬ। ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਫਲ ਹੋਏ 399 ਦੇ ਉਮੀਦਵਾਰਾਂ ਦੇ ਵਿੱਚੋਂ 121 ਉਮੀਦਵਾਰ MP ਜਾਂ MLA ਬਣੇ, ਜਾਣੀ ਕਿ 30% ਲੋਕ ਗਾਲੀ ਗਲੋਚ ਕਰਨ ਵਾਲੇ ਕਾਮਯਾਬ ਹੋਏ। ਇੱਕ ਪਾਸੇ ਤਾਂ ਸਾਡੇ ਸੰਦੇਸ਼ ਨੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਪਰ ਇੱਕ ਪਾਸੇ ਇਸ ਤਰ੍ਹਾਂ ਦੇ ਕਾਲੀ ਜ਼ੁਬਾਨ ਵਾਲੇ ਵੱਧ ਜ਼ੁਬਾਨ ਲੋਕ ਜਿਹੜੇ ਗਾਲੀ ਗਲੋਚ ਕਰਦੇ ਨੇ, ਧਮਕਾਉਂਦੇ ਨੇ, ਉਹ ਕਿਉਂ ਕਾਮਯਾਬ ਹੋ ਰਹੇ ਨੇ ਸਿੱਧੂ ਸਾਹਿਬ? ਇਹ 'ਚ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਜੀ ਜੀ, ਉਹ ਉਹਨੂੰ ਸਖਤੀ ਦੇ ਨਾਲ ਕੰਮ ਲੈਣਾ ਚਾਹੀਦਾ ਜੀ। ਹੁਣ ਜਦੋਂ ਜਿਹੜੀ ਵਾਇਓਲੇਸ਼ਨ ਕਰਦਾ ਹੈ, ਮਾਡਲ ਕੋਡ ਆਫ ਕੰਡਕਟ ਦੀ ਵਾਇਓਲੇਸ਼ਨ ਕਰਦਾ ਹੈ, ਉਹਨੂੰ ਇੱਕ ਨੋਟਿਸ ਦਿੱਤਾ, ਉਹ ਫਿਰ 15 ਦਿਨਾਂ ਬਾਅਦ ਉਹ ਨੋਟਿਸ ਦਾ ਜਵਾਬ ਆ ਗਿਆ, 10 ਦਿਨਾਂ ਬਾਅਦ ਨੋਟਿਸ ਦਾ ਜਵਾਬ ਆ ਗਿਆ, ਉਹਨੇ ਚਿਰ 'ਚ ਇਲੈਕਸ਼ਨ ਪ੍ਰੋਸੈਸ ਲੰਘ ਜਾਂਦਾ। ਉਦੋਂ ਬਾਅਦ ਫਿਰ ਉਹ ਕੀੜੀ ਦੀ ਤੋਰ ਤੁਰਦਾ ਜੀ, ਉਹ 'ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਉਹਨੇ ਫਿਰ ਅਖੀਰ ਦੇ ਵਿੱਚ ਛੱਡ ਹੀ ਦੇਣਾ ਹੁੰਦਾ ਜੀ। ਸਾਹਮਣੇ ਮਸਲੇ ਸਾਹਮਣੇ ਵੀ ਆ ਜਾਂਦੇ ਆ ਵੀ ਇਹਨੇ, ਮੈਂ ਇੱਥੇ ਦੀ ਮੈਂ ਸੰਗਰੂਰ ਸੀ 2012 ਦੇ ਵਿੱਚ ਜੀ, ਸਾਡੇ ਕੋਲ ਸ਼ਿਕਾਇਤ ਆ ਗਈ ਵੀ ਧੂਰੀ ਕੋਈ ਬੰਦਾ ਕੰਬਲ ਵੰਡ ਰਿਹਾ। ਅਸੀਂ ਇਮੀਡੀਏਟ ਜਿਹੜੇ ਸੀ ਉਹਨਾਂ ਨੂੰ ਰੇਡ ਕੀਤਾ, ਯੈਸ ਇਲੈਕਸ਼ਨ ਕਮਿਸ਼ਨ ਜਿਹੜੀ ਸਟੈਟਿਕ ਟੀਮ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਇਮੀਡੀਏਟ ਜਾ ਕੇ ਦੇਖੋ।
ਫੋਟੋਆਂ ਖਿੱਚ ਲੈਣੀਆਂ, ਵੀਡੀਓ ਬਣਾ ਲਈ, ਵੀਡੀਓ ਬਣਾ ਕੇ ਲਿਆ ਕੇ ਦੇਤੀ, ਲਿਖ ਕੇ ਰਿਪੋਰਟ ਭੇਜਤੀ ਉਹਦੀ ਸਟਰੋਂਗਲੀ ਵੀ ਆਹ ਬੰਦੇ ਹੈਗੇ ਆ, ਇਹਨਾਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਟੰਗੋ। ਪੰਜਾਬ 'ਚ ਜਾਂ ਲੋਕੀ ਕਹਿੰਦੇ ਨੇ ਕਿ ਪੁਲਿਸ ਬਹੁਤ ਗੰਦਾ ਬੋਲਦੀ ਹੈ, ਸ਼੍ਰੀਮਾਨ ਕਹਿ ਕੇ ਢਾ ਲੈਂਦੀ ਹੈ, ਪਰ ਇਹ ਤਾਂ ਮਤਲਬ ਪੁਲਿਸ ਨੂੰ ਵੀ ਮਾਤ ਪਾ ਗਏ ਨੇਤਾ, ਤਾਂ ਸਾਫ਼ ਲੋਕ ਨੇ, ਲੋਕਤੰਤਰ ਦੇ ਮੰਦਰ ਦੇ ਪੁਜਾਰੀ ਨੇ, ਚਿੱਟ ਕੱਪੜੀ ਨੇ, ਦੇਸ਼ ਨੂੰ ਚਲਾਉਂਦੇ ਨੇ, ਸਭ ਤੋਂ ਗੰਦਾ ਬੋਲਦੇ ਨੇ ਅਤੇ ਸਭ ਤੋਂ ਜ਼ਿਆਦਾ ਜਿੱਤਦੇ ਨੇ। ਮੈਨੂੰ ਲੱਗਦਾ ਬੋਲੀ ਵੀ ਬਦਲਣੀ ਪਊ 12 ਵਰ੍ਹਿਆਂ ਦੀ, ਕਿ 12 ਵਰਸੀ ਕੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਨਾਲਾਂ, ਨੇਤਾ ਉਹੀ ਜਿੱਤਦੇ ਜਿਹੜੇ ਕੱਢਦੇ ਗੰਦੀਆਂ ਗਾਲਾਂ, ਕੀ ਕਹਿਣਾ ਚਾਹੋਗੇ? ਐਕਚੁਲੀ ਜਿਹੜਾ ਸਾਡਾ ਹਿੰਦੁਸਤਾਨ ਹੈ, ਮੈਂ ਕਹੂੰਗਾ, ਗਿਆਨੀ ਲਾਲ ਸਿੰਘ ਹੋਏ ਨੇ ਇੱਕ ਰਾਈਟਰ, ਉਹਨਾਂ ਨੇ ਲਿਖਿਆ ਸੀ ਢੋਲ ਢਮੱਕਾ। ਹਿੰਦੁਸਤਾਨ ਜਿਹੜਾ ਮੈਂ ਤੈਨੂੰ ਸਮਝਦਾ ਇੱਕ ਢੋਲ ਢਮੱਕੇ ਦਾ ਦੇਸ਼ ਹੈ, ਜਿਹੜੇ ਇੱਥੇ ਜਿਹੜਾ ਵਧੀਆ ਬੋਲਣ ਦਾ ਲੱਛੇਦਾਰ ਭਾਸ਼ਣ ਕਰਦਾ ਹੈ ਉਹਨੂੰ ਲੋਕ ਲਾਈਕ ਕਰਦੇ ਹੈ, ਜਿਹੜਾ ਦਬਕੇ ਮਾਰਦਾ ਗਾਲਾਂ ਕੱਢਦਾ, ਮੈਂ ਫਲਾਣੇ ਨੂੰ ਸਿੱਧਾ ਕਰ ਦੂੰਗਾ, ਐਂ ਕਰ ਦੂੰਗਾ, ਤੁਹਾਨੂੰ ਕੋਈ ਪੁਲਿਸ ਵਾਲਾ ਨਹੀਂ ਬੁਲਾ ਸਕਦਾ, ਤਹਿਸੀਲਦਾਰ ਜਦੋਂ ਤੁਸੀਂ ਜਾਓਗੇ ਤੁਹਾਡੀ ਰਜਿਸਟਰੀ ਕਰਾਉਣ ਅੱਗੇ ਖੜਾ ਹੋਊਗਾ। ਇੱਦਾਂ ਦੀਆਂ ਮਤਲਬ ਕਿ ਲੋਕਾਂ ਨੂੰ ਲੱਛੇਦਾਰ ਭਾਸ਼ਣ ਸੁਣਾਉਂਦੇ ਆ, ਲੋਕ ਗਮਰਾਹ ਹੋ ਕੇ ਉਹਨੂੰ ਵੋਟਾਂ ਪਾਉਂਦੇ ਆ। ਇੱਥੇ ਜਿਹੜਾ ਹਿੰਦੁਸਤਾਨ 'ਚ ਜਿਹੜਾ ਸ਼ਰੀਫ ਬੰਦਾ, ਉਹਦੀਆਂ ਵਧੀਆ ਗਾਜਰਾਂ ਹੁਣ ਰੇਹੜੀ ਦੇ, ਉਹ ਕੋਈ ਨਹੀਂ ਖਰੀਦਦਾ, ਜਿਹੜਾ ਰੌਲਾ ਪਾਉਂਦਾ 2 ਰੁਪਏ ਕਿਲੋ 2 ਰੁਪਏ ਕਿਲੋ, ਉਹਦੀਆਂ ਸਾਰੇ 2 ਮਿੰਟਾਂ 'ਚ ਵਿਕ ਜਾਂਦੀਆਂ ਨੇ। ਇਹੀ ਗੱਲ ਸਾਡੇ ਪੋਲਿਟਿਕਸ ਨੂੰ ਟੁੱਟ ਕੇ ਪੈਂਦਾ, ਉਹਨੂੰ ਪੈਸੇ ਵੀ ਫੱਟ ਦੇ ਦਿੰਦਾ ਅਗਲਾ, ਛੱਡ ਪਰੇ ਯਾਰ ਵੱਧ ਮੰਗਦਾ ਵੱਧ ਦੇ ਐਵੇਂ ਵੇਚਦੇ। ਤੇ ਇਸ ਵਾਸਤੇ ਜਿਹੜੇ ਸਾਡੇ ਪੋਲਿਟਿਕਸ ਲੋਕ ਨੇ ਲੱਛੇਦਾਰ ਭਾਸ਼ਣ ਕਰ ਲੈਂਦੇ ਨੇ, ਉਹ ਲੋਕਾਂ ਨੂੰ ਗੁੰਮਰਾਹ ਕਰ ਲੈਂਦੇ ਨੇ ਵੀ ਅਸੀਂ ਜੀ ਪੁਲਿਸ ਤਾਂ ਤੁਹਾਡੇ ਵੱਲ ਝਾਕ ਹੀ ਨਹੀਂ ਸਕਦੀ, ਤੁਸੀਂ ਸ਼ਰਾਬ ਕੱਢੋ, ਤੁਸੀਂ ਸਿੱਧੀਆਂ ਤਾਰਾਂ ਲਾਓ ਬਿਜਲੀ ਦੀਆਂ, ਠੰਡਦਾ ਤਹਿਸੀਲਦਾਰ ਤਾਂ ਤੁਹਾਡੇ ਅੱਗੇ ਖੜਾ ਹੋਏਗਾ ਜੋ ਤੁਸੀਂ ਰਜਿਸਟਰੀ ਕਰਾਉਣ ਜਾਓਗੇ, ਕਦੀ ਸਰਕਾਰ ਆ ਜਾਏ ਸਾਡੀ। ਉਹ ਲੋਕ ਗੁੰਮਰਾਹ ਹੋ ਕੇ ਉਹਨਾਂ ਨੂੰ ਵੋਟਾਂ ਪਾਉਂਦੇ ਨੇ, ਉਹ ਲੋਕ ਉਹਨਾਂ ਨੂੰ ਚੰਗਾ ਸਮਝਦੇ ਨੇ। ਇਹ ਹਿੰਦੁਸਤਾਨ ਹੈ, ਢੋਲ ਢਮੱਕੇ ਦਾ ਦੇਸ਼ ਹੈ ਇਹ, ਇੱਥੇ ਜਿਹੜਾ ਵਧੀਆ ਲੱਛੇਦਾਰ ਭਾਸ਼ਣ ਕਰ ਲੈਂਦਾ, ਲੋਕਾਂ ਨੂੰ ਗੁੰਮਰਾਹ ਕਰਨਾ ਜਾਣਦਾ ਹੋਵੇ, ਉਹਦੇ ਲੋਕ ਪਿੱਛੇ ਲੱਗਦੇ ਆ, ਅਤੇ ਬਾਅਦ 'ਚ ਇਹਨਾਂ ਨੂੰ ਪਤਾ ਲੱਗਦਾ ਇਹਦਾ ਰਿਜ਼ਲਟ ਕੀ ਹੈ। ਬਿਲਕੁਲ, ਸੱਚ ਦਾ ਸਾਹਮਣਾ ਦੇ ਪਿਛਲੇ ਪ੍ਰੋਗਰਾਮ ਤੁਸੀਂ ਵੇਖੋ, ਅਸੀਂ ਕੁਛ ਇੱਦਾਂ ਦੇ ਵਿਵਾਦਤ ਪ੍ਰੋਗਰਾਮ ਕੀਤੇ ਜਿਨ੍ਹਾਂ ਦੇ ਵਿੱਚ ਜਿਹੜੇ ਨੇਤਾ ਨੇ ਇੱਕ ਦੂਸਰੇ ਨੂੰ ਗੁਲਾਮੋ ਗੁਲਾਮੀ ਹੋਣ ਤੱਕ ਤਿਆਰ ਸੀਗੇ, ਕਈ ਵਾਰੀ ਰਿਕਾਰਡਿੰਗ ਵੀ ਰੋਕਣੀ ਪਈ। ਉਹਨਾਂ ਪ੍ਰੋਗਰਾਮਾਂ ਦੀ ਜਿਹੜੀ ਹਿੱਟ ਹੈ ਉਹ 1-1 ਲੱਖ ਤੱਕ ਪੁੱਜ ਗਈ ਹੈ। ਮਲੀ ਸਾਹਿਬ, ਜਿਹੜੇ ਬਹੁਤ ਸੰਜੀਦਾ ਸੇਧ ਦੇਣ ਵਾਲੇ ਪ੍ਰੋਗਰਾਮ ਸੀਗੇ, ਜਿਸ ਤਰ੍ਹਾਂ ਉਹ ਡੇਰਾ ਨਾਮਧਾਰੀ ਡੇਰਾ ਅਤੇ ਸਿੱਖ ਵਿਵਾਦ ਹੋਇਆ ਸੀ, ਉਸ ਦੇ ਵਿੱਚ ਕਮਲਜੀਤ ਸਿੰਘ ਸੁਨਾਮ ਜਿਹੜਾ ਮਾਰਿਆ ਗਿਆ ਸੀ ਨੌਜਵਾਨ, ਉਹਦੀ ਵਾਈਫ ਆਈ, ਉਹਦੀ ਨੰਨੀ ਬੱਚੀ ਆਈ, ਜਿਸ ਦੇ ਵਿੱਚ ਉਹ ਮਾਸੂਮ ਬੱਚੀ ਕਹਿ ਰਹੀ ਸੀ ਕਿ ਮੇਰੇ ਪਿਤਾ ਨੂੰ ਰੱਬ ਲੈ ਗਿਆ। ਇਸ ਲੜਾਈ 'ਚ ਉਹਨੂੰ ਕੁਛ ਨਹੀਂ ਸੀ ਪਤਾ ਕਿ ਮੇਰੇ ਪਾਪਾ ਨਾਲ ਕੀ ਹੋਇਆ। ਜਦੋਂ ਇਸੇ ਕੈਮਰੇ 'ਤੇ ਇਸੇ ਸਟੂਡੀਓ 'ਚ ਅਕਾਲ ਚੈਨਲ 'ਤੇ ਅਸੀਂ ਦਿਖਾਇਆ, ਉਹ ਬੱਚੀ ਕਹਿੰਦੀ ਮੇਰੇ ਪਾਪਾ ਨੂੰ ਰੱਬ ਲੈ ਗਿਆ। ਇੱਦਾਂ ਦੇ ਭਾਵਕ ਪ੍ਰੋਗਰਾਮਾਂ ਦੀ ਜਿਹੜੀ ਹਿੱਟ ਹੈ ਉਹ ਬਹੁਤ ਘੱਟ ਹੈ। ਇਹਦਾ ਮਤਲਬ ਜਿਹੜੇ ਦਰਸ਼ਕ ਨੇ ਉਹ ਵੀ ਗਾਲੀ ਗਲੋਚ ਨੂੰ ਪਸੰਦ ਕਰਦੇ ਨੇ। ਇਹ ਮਤਲਬ ਦੋਸਤੋ ਟ੍ਰੈਂਡ ਸਾਨੂੰ ਰੋਕਣੇ ਪੈਣਗੇ। ਇਹ ਮੈਂ ਇੱਕ ਇੰਟਰਵਿਊ ਕੀਤਾ ਸੀਗਾ ਡਿਪਟੀ CM ਸੁਖਬੀਰ ਬਾਦਲ ਹੋਰਾਂ ਨਾਲ, ਜਦੋਂ ਪਹਿਲੀ ਵਜ਼ਾਰਤ 'ਚ ਆਏ ਇੰਗਲੈਂਡ ਕੈਨੇਡਾ ਦੇ ਇੱਕ ਚੈਨਲ ਵਾਸਤੇ। ਮੈਂ ਕਿਹਾ ਸੁਖਬੀਰ ਜੀ, ਜਿਹੜੀ ਤੁਸੀਂ ਇਹ ਤੁਹਾਡੀ ਸ਼ਬਦਾਵਲੀ ਹੈ, ਕੈਪਟਨ ਸਾਹਿਬ ਖੂੰਡੇ ਤੋਂ ਥੱਲੇ ਨਹੀਂ ਉਤਰਦੇ, ਉਹ ਕਹਿੰਦੇ ਮੈਂ ਖੂੰਡੇ ਨਾਲ ਸਿੱਧਾ ਕਰ ਦੂੰ, ਮੈਂ ਕਦੋਂ, ਤੁਸੀਂ ਕਹਿੰਦੇ ਹੋ ਪਜਾਮੀਆਂ 'ਚ ਚੂਹੇ ਛੱਡ ਦੇਵਾਂਗੇ, ਮਤਲਬ ਮਾਫ਼ ਕਰਨਾ ਬਾਦਲ ਸਾਹਿਬ, ਜਿਹੜੀ ਤੁਹਾਡੀ ਇਹ ਸ਼ਬਦਾਵਲੀ ਹੈ ਕੈਪਟਨ ਸਾਹਿਬ ਦੀ, ਤੁਹਾਡੀ ਇਹ ਸ਼ਬਦਾਵਲੀ ਨੂੰ ਸੰਜੀਦਾ ਲੋਕ ਪਸੰਦ ਨਹੀਂ ਕਰਦੇ, ਕੀ ਕਹਿਣਾ ਚਾਹੋਗੇ? ਉਹ ਕਹਿੰਦੇ ਜੀ ਹੋ ਜਾਂਦਾ ਹੈ, ਇਸ ਤੋਂ ਬਾਅਦ ਇੰਟਰਵਿਊ ਬੰਦ, ਉਹਨਾਂ ਕੋਲ ਸਮਾਂ ਨਹੀਂ ਸੀਗਾ ਅੱਗੇ ਗੱਲ ਕਰਨ ਦਾ। ਇਹ ਜਿਹੜਾ ਟ੍ਰੈਂਡ ਹੈ, ਹੁਣ ਮੁੱਖ ਮੰਤਰੀ ਸਾਹਿਬ ਸਾਡੇ ਕਹਿ ਰਹੇ ਨੇ ਕਿ ਬੈਂਕ ਲੁੱਟ ਕੇ ਆ ਜਾਓ ਭਾਵੇਂ, ਪਰਵਾਹ ਨਹੀਂ। ਇਹ ਜਿਹੜਾ ਹੁਣ ਹਾਲਾਤ ਬਣ ਰਹੇ ਨੇ ਸਿੱਧੂ ਸਾਹਿਬ, ਕੀ ਇਹਦੇ ਵਿੱਚ ਉਹੀ ਜਿਸ ਤਰ੍ਹਾਂ ਇਹ ਨੇਤਾ 30% ਗਾਲੀ ਗਲੋਚ ਵਾਲੇ ਨੇਤਾ ਕਾਮਯਾਬ ਨੇ, ਕੀ ਹੁਣ ਪਿੰਡਾਂ ਦੇ ਵਿੱਚ ਵੀ ਇੱਦਾਂ ਸ਼ਾਂਤੀ ਭੰਗ ਨਹੀਂ ਹੋਏਗੀ ਜੇ ਇਹ ਇੱਦਾਂ ਦੇ ਨੇਤਾ ਰੋਲ ਮਾਡਲ ਬਣ ਰਹੇ ਨੇ ਜਿਹੜੇ ਜਿੱਤ ਰਹੇ ਨੇ? ਜੀ ਇਹ ਸ਼ਾਂਤੀ ਭੰਗ ਵਾਸਤੇ ਤਾਂ ਇਹ ਕੰਮ ਕਰ ਰਹੇ ਹੈ ਜੀ, ਇਹੋ ਜਿਹਾ ਕੁਛ ਬੋਲ ਰਹੇ ਹੈ ਜੀ, ਬਟ ਲੋਕਾਂ ਨੂੰ ਸੰਜੀਦਾ ਰਹਿਣਾ ਪਊਗਾ। ਲੋਕਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਰਿਜੈਕਟ ਕਰਨਾ ਚਾਹੀਦਾ ਜੀ, ਇਹੋ ਜਿਹੇ ਬੰਦਿਆਂ ਨੂੰ ਰਿਜੈਕਟ ਕਰਕੇ ਜਿਹੜੇ ਨਿਰੋਲ ਸਵੱਛ ਸਾਫ਼ ਸੁਥਰੀ ਛਵੀ ਵਾਲੇ ਲੋਕ ਹੈਗੇ ਆ, ਉਹਨਾਂ ਨੂੰ ਵਧੀਆ ਕਾਬਲ ਅਫਸਰ ਨੇ, ਰਿਟਾਇਰਡ ਅਫਸਰ ਨੇ, ਪੜ੍ਹੇ ਲਿਖੇ ਲੋਕ ਨੇ, ਉਹ ਸ਼ਾਇਦ ਮੱਲੀ ਸਾਹਿਬ ਇਸੇ ਕਰਕੇ ਸਿਆਸਤ ਤੋਂ ਕਿਨਾਰਾਕਸ਼ੀ ਕਰ ਰਹੇ ਨੇ। ਕਿੰਨੇ IAS ਨੇ, ਕਿੰਨੇ ਰਿਟਾਇਰਡ ਜੱਜ ਨੇ, ਠੀਕ ਹੈ ਆਮ ਆਦਮੀ ਪਾਰਟੀ ਆਈ ਹੈ, ਕਈ ਰਿਟਾਇਰਡ ਤੁਹਾਡੇ ਡਿਪਾਰਟਮੈਂਟ ਦੇ ਅਧਿਕਾਰੀ ਵੀ ਆਏ ਨੇ, ਹੋਰ ਅਧਿਕਾਰੀ ਵੀ ਆਏ ਨੇ, ਕੀ ਸ਼ਾਇਦ ਇਹੀ ਕਾਰਨ ਹੈ ਕਿ ਜਿਹੜੇ ਸਾਫ਼ ਛਵੀ ਵਾਲੇ ਲੋਕ ਨੇ ਉਹ ਸਿਆਸਤ ਤੋਂ ਦੂਰ ਹੁੰਦੇ ਨੇ? ਦੇਖੋ, ਸਾਫ਼ ਛਵੀ ਵਾਲਾ ਜਿਹੜਾ ਸਿਆਸਤਦਾਨ ਨਹੀਂ ਬਣ ਸਕਦਾ ਜੀ, ਮੈਂ ਕਹੂੰਗਾ ਜਿੱਤ ਹੀ ਨਹੀਂ ਸਕਦਾ ਸਿਆਸਤ ਦਾ, ਤੇ ਮਨਮੋਹਨ ਸਿੰਘ ਜਿੱਤ ਹੀ ਨਹੀਂ ਕਰਦੇ, ਮਨਮੋਹਨ ਸਿੰਘ ਨੂੰ ਕਿਸੇ ਨੇ ਨਹੀਂ ਜਿੱਤਣ ਦਿੱਤਾ, ਇਸੇ ਕਰਕੇ ਕਿਉਂਕਿ ਉਹ ਸ਼ਰੀਫ ਬੰਦਾ ਸੀ, ਉਹ ਪੈਸਾ ਨਹੀਂ ਸੀ ਖਰਚ ਸਕਦਾ, ਲੋਕਾਂ ਨੂੰ ਗੁੰਮਰਾਹ ਕਰਨਾ ਜਾਣਦਾ ਹੋਵੇ, ਪੈਸਾ ਖਰਚਣ ਜਾਣਦਾ ਹੋਵੇ, ਬਾਅਦ 'ਚ ਉਹ ਮਤਲਬ ਕਿ ਜਿਹੜਾ ਬੰਦਾ ਗੁੰਮਰਾਹ ਕਰਕੇ ਜਿੱਤਦਾ ਉਹ ਫਿਰ ਬਾਅਦ 'ਚ ਭ੍ਰਿਸ਼ਟਾਚਾਰ ਵੀ ਕਰਦਾ। ਮਲੀ ਸਾਹਿਬ, ਜਿਸ ਜੀ ਸਿੱਧੂ ਸਾਹਿਬ ਤੋਂ ਇਲਾਵਾ ਜੀ ਜੀ TN ਸੈਸ਼ਨ ਪਹਿਲਾ ਆਦਮੀ ਸੀਗਾ ਜੀ, ਮੁੱਖ ਚੋਣ ਅਧਿਕਾਰੀ ਸੀ, ਮੁੱਖ ਚੋਣ ਅਧਿਕਾਰੀ ਸੀਗਾ ਇੰਡੀਆ ਦਾ, ਜਿਹਨੇ ਇੰਡੀਆ ਦੀ ਪੋਲਿਟਿਕਸ ਦੇ ਵਿੱਚੋਂ ਗੰਦ ਮੰਦ ਕੱਢਣ ਦਾ ਬੀੜਾ ਚੁੱਕਿਆ ਸੀ।
और अज उसे दी निस्बत है भी लोकतंत्र अगे नालों मजबूत हुए जी। जाली वोटा जिहड़ियां अगे ट्रकां दे ट्रक भर के लैके आउंदे सीगे पोलिंग बूथां दे उत्ते लड़ाइयां झगड़े हुंदे सीगे कतल हुंदे सी उस तों बाद इह कतलों गारत भी वोटिंग प्रोसैस दे विच खतम हो गई बाकी जिहड़ी है उह तां चली जांदी है जी। पर उह जदों खड़ा होया उह बंदा एड्डा वधिया बंदा सीगा उह ही लॉस्ट हिज फॉरफीचर जी जमानत उहदी सिक्योरिटी उहदी जब्त हो गई दसो ਉਹ ਕਿਉਂਕਿ ਕਿਉਂ ਉਹਦੇ ਮਗਰ ਸਾਰੇ ਇਹ ਗੰਦੇ ਆਦਮੀ ਸਾਰੇ ਇਕੱਠੇ ਹੋ ਕੇ ਪੈ ਗਏ ਜੀ ਵੀ ਚੋਣ ਜਿੱਤਣ ਨਹੀਂ ਦੇਣਾ ਹਾਂਜੀ ਆਮ ਆਦਮੀ ਪਾਰਟੀ ਮਗਰ ਸਾਰੇ ਪਏ ਹੋਏ ਹੈ ਜੀ ਆਮ ਆਦਮੀ ਪਾਰਟੀ ਆਪਾਂ ਨਹੀਂ ਕਹਿੰਦੇ ਹਾਂ ਵੀ ਉਹ ਸਾਰੇ ਪੱਖਾਂ ਤੋਂ ਠੀਕ ਹੈ ਜਾਂ ਹੋਰ ਹੈ ਪਰ ਫਿਰ ਸਾਰੀਆਂ ਪਾਰਟੀਆਂ ਨਾਲੋਂ ਠੀਕ ਇਹਨਾਂ ਨਾਲੋਂ ਠੀਕ ਹੈ ਜੀ ਇਸੇ ਤਰ੍ਹਾਂ ਇਹ ਚੰਗੇ ਆਦਮੀ ਨੂੰ ਖੁੱਡੇ ਲਾਉਣ ਦੀ ਖਾਤਰ ਹਰ ਸੰਭਵ ਕੋਸ਼ਿਸ਼ ਕਰਦੇ ਆ ਇਹਨਾਂ ਦਾ ਨੈਕਸਸ ਬਣਾ ਲੈਂਦੇ ਆ ਮੱਲੀ ਸਾਹਿਬ ਜਿਸ ਤਰ੍ਹਾਂ ਹੁਣ ਆ ਜਗਰਾਉਂ ਦੀਆਂ ਖਬਰਾਂ ਨੇ ਯੂਥ ਕਾਂਗਰਸ ਦੀਆਂ ਚੋਣਾਂ ਹੋਈਆਂ ਉਹਨਾਂ ਦੀ ਜਿਹੜੀ ਕਿੜ ਸੀ ਕੱਲ ਦੋ ਨੌਜਵਾਨ ਜਿਹੜੀ ਜਗਰਾਉਂ ਦੀ ਮੰਡੀ ਦੇ ਵਿੱਚ ਆਪਸ 'ਚ ਭਿੜੇ ਗੋਲੀ ਚੱਲੀ ਇੱਕ ਨੌਜਵਾਨ ਗੱਭਰੂ ਮਾਰਿਆ ਗਿਆ ਕਾਰ 'ਚ ਬੈਠਾ ਪਿੱਛੋਂ ਦੀ ਡਿੱਗੀ 'ਚ ਗੋਲੀ ਪਾਰ ਕਰਦੀ ਉਹਦੀ ਛਾਤੀ ਨੂੰ ਪਾਰ ਕਰ ਗਈ ਮਤਲਬ ਪਾਰਟੀ ਪੱਧਰ 'ਤੇ ਆਪਣੀਆਂ ਲੜਾਈਆਂ ਹੋ ਰਹੀਆਂ ਨੇ ਇਹ ਜਿਹੜਾ ਕੀ ਸੀਨ ਸਨੈਰੀਓ ਦਾ ਤੁਸੀਂ ਵੇਖਦੇ ਹੋ ਪਟਿਆਲਾ 'ਚ ਹੀ 32 ਨੰਬਰ ਵਾਰਡ 'ਤੇ 32 ਨੰਬਰ 32 ਬੋਰ ਚੱਲੇ ਸੀਗੇ ਅਤੇ ਉਸ ਤੋਂ ਬਾਅਦ ਪਤਾ ਨਹੀਂ ਇਹ ਜਿਹੜੀਆਂ ਬੂਥ ਕੈਪਚਰਿੰਗ ਬੂਥਾਂ 'ਤੇ ਲੜਾਈ ਇਹ ਜਿਹੜਾ ਟਰੈਂਡ ਤੁਸੀਂ ਵੇਖਦੇ ਹੋ ਇਹ ਕੀ ਲੱਗਦਾ 2017 ਕਿੱਦਾਂ ਰਹੇਗਾ ਪੰਜਾਬ ਮੇਰੇ ਖਿਆਲ 'ਚ ਤਾਂ ਇਹਦੇ 'ਚ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਪੂਰੀ ਸਖਤੀ ਕਰਨੀ ਚਾਹੀਦੀ ਹੈ ਜੀ ਇਹਦੇ 'ਚ ਮੈਂ ਕਹਾਂਗਾ ਪ੍ਰਸ਼ਾਸਨ ਜਿਵੇਂ ਪੁਲਿਸ ਹੈ ਜਾਂ ਮਤਲਬ ਕਿ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਪੂਰੇ ਅਧਿਕਾਰ ਹੋਣੇ ਚਾਹੀਦੇ ਹੈ ਜੀ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਇਹ ਪੋਲੀਟਿਕਸ ਲੋਕ ਨੇ ਜਿਹੜੇ ਆਪਣੇ ਜਿਹੜਾ ਕੋਈ ਇਹਨਾਂ ਦਾ MLA ਹਾਰ ਵੀ ਜਾਂਦਾ ਉਹਨੂੰ ਪੂਰੀਆਂ ਪਾਵਰਾਂ ਦਿੰਦੇ ਆ ਉਹਨੇ SDM ਲਾਉਣਾ ਉਹਨੇ DSP ਲਾਉਣਾ ਉਹਨੇ SHO ਲਾਉਣਾ ਉਹਨੇ ਤਹਿਸੀਲਦਾਰ ਲਾਉਣਾ ਅਤੇ ਉਹ ਤਾਂ ਲੋਕਾਂ ਦਾ ਨਕਾਰਿਆ ਹੋਇਆ ਬੰਦੇ ਨੂੰ ਇਹ ਫਿਰ ਅੱਗੇ ਕਰਦੇ ਨੇ ਅਤੇ ਲੋਕ ਫਿਰ ਇਸ ਕਰਕੇ ਜਿਹੜਾ ਪ੍ਰਸ਼ਾਸਨ ਦਾ ਜ਼ਿੰਮੇਵਾਰ ਉਹਦੇ 'ਤੇ ਬੰਦੇ ਨੇ ਉਹ ਮਜਬੂਰ ਨੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਇਹਦੇ 'ਚ ਮਤਲਬ ਕਿ ਉਹ ਇਨਸਾਫ ਦੇਣ ਵਾਲੀ ਕੋਈ ਤੁੱਕ ਰਹੀ ਨਹੀਂ ਬਿਲਕੁਲ ਲੋਕਾਂ ਦੇ ਨਕਾਰੇ ਹੋਏ ਜਿਹੜੇ ਲੋਕ ਹੁੰਦੇ ਨੇ ਨੇਤਾ ਹੁੰਦੇ ਨੇ ਉਹ ਫਿਰ ਪ੍ਰਧਾਨਗੀਆਂ ਲੈਂਦੇ ਨੇ ਜ਼ਿਲ੍ਹਿਆਂ ਦੇ ਇੰਚਾਰਜ ਹੁੰਦੇ ਨੇ ਉਹੀ SP ਤੱਕ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਅਪੁਆਇੰਟਮੈਂਟ ਕਰਦੇ ਨੇ ਕੁਛ ਹੋਰ ਇੰਟਰਸਟਿੰਗ ਜਿਹੜੇ ਦਿਲਚਸਪ ਵਾਕਿਆ ਭਾਰਤ ਦੀਆਂ ਚੋਣਾਂ ਦੇ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਵਕਫੇ ਤੋਂ ਬਾਅਦ ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕੋ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਇੱਕ ਵਾਰੀ ਫਿਰ ਆਪ ਜੀ ਦਾ ਸਵਾਗਤ ਮੈਂ ਤੁਹਾਡਾ ਦੋਸਤ ਅਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ ਅੱਜ ਦੇ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਨੇ ਸਰ ਨਾਮਦੇਵ ਸਿੰਘ ਸਿੱਧੂ ਸਾਬਕਾ ਤਹਿਸੀਲਦਾਰ ਚੋਣ ਕਮਿਸ਼ਨ ਪੰਜਾਬ ਤੋਂ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਅਤੇ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਸਾਹ ਦਵਿੰਦਰ ਸਿੰਘ ਮੱਲੀ ਮੱਲੀ ਸਾਹਿਬ ਸਵਾਗਤ ਹੈ ਜੀ ਫਿਰ ਤੋਂ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਜਿਹੜਾ ਇੱਕ ਟਰੈਂਡ ਸਾਹਮਣੇ ਆਇਆ 2015 ਦੇ ਵਿੱਚ ਕੇਂਦਰ ਸਰਕਾਰ 90 ਦਿਨ ਵਿਹਲੀ ਬੈਠੀ ਰਹੀ ਜਾਣੀ ਕਿ ਚੋਣ ਜ਼ਾਬਤਾ ਜਿਹੜਾ ਲੱਗ ਗਿਆ 2015 30 ਦਿਨ ਦਿੱਲੀ ਇਲੈਕਸ਼ਨ ਉਸ ਤੋਂ ਬਾਅਦ 60 ਦਿਨ ਬਿਹਾਰ ਇਲੈਕਸ਼ਨ ਹੁਣ ਇਸ ਤਰ੍ਹਾਂ ਜਿਹੜੀ ਕੇਂਦਰ ਸਰਕਾਰ ਦਾ ਕੰਮ ਹੈ 5 ਮਾਰਚ ਤੋਂ 19 ਮਾਰਚ ਤੱਕ ਠੱਪ ਹੈ ਸੋ ਇਹ ਜਿਹੜੇ ਟਰੈਂਡ ਨੇ ਬੜੀ ਇੰਟਰਸਟਿੰਗ ਰਿਪੋਰਟ ਹੈ ਕਿ 2016 ਦੇ ਵਿੱਚ ਵੀ 254 ਦਿਨਾਂ ਦੇ ਵਿੱਚੋਂ 135 ਦਿਨ ਜਿਹੜੀ ਸਰਕਾਰ ਹੈ ਉਸ 'ਤੇ ਜਿਹੜਾ ਚੋਣ ਜ਼ਾਬਤਾ ਲੱਗਿਆ ਰਹੇਗਾ 254 ਦਿਨਾਂ ਦੇ ਵਿੱਚੋਂ 135 ਦਿਨ ਮਾਫ਼ ਕਰਨਾ ਇਸੇ ਤਰ੍ਹਾਂ ਇੱਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਕਿ 1967 ਦੇ ਵਿੱਚ ਮੱਲੀ ਸਾਹਿਬ ਪਹਿਲੀ ਵਾਰੀ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਈਆਂ ਸੀਗੀਆਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਔਸਤਨ ਤਕਰੀਬਨ 280 ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਅਤੇ ਵਿਧਾਨ ਸਭਾ ਦੀਆਂ ਵੱਖ ਵੱਖ ਇਲਾਕਿਆਂ ਦੇ ਵਿੱਚ ਸੋ ਇਹ ਮਤਲਬ ਹਰ ਸਾਲ ਤਕਰੀਬਨ ਜਿਹੜੇ ਚੋਣਾਂ ਦਾ ਜਿਹੜਾ ਟਰੈਂਡ ਹੈ ਉਹ ਵੱਧ ਰਿਹਾ ਹੈ
ਮਤਲਬ ਕੰਮ ਹੈ ਜਿਹੜਾ ਰੁਕ ਜਾਂਦਾ, ਚੋਣ ਜ਼ਾਬਤਾ ਲਾਗੂ ਹੋ ਜਾਂਦਾ, ਸਾਰੇ ਕੰਮਕਾਰ ਰੁਕ ਜਾਂਦੇ ਨੇ, ਜਿਹੜੀਆਂ ਯੋਜਨਾਵਾਂ, ਪੋਲਸੀਆਂ, ਅਪੁਆਇੰਟਮੈਂਟ ਬੇਰੁਜ਼ਗਾਰਾਂ ਦਾ ਜਿਹੜਾ ਅਪੁਆਇੰਟਮੈਂਟ ਆ ਉਹ ਸਾਰਾ ਰੁਕ ਜਾਂਦੀਆਂ ਨੇ। ਸਿੱਧੂ ਸਾਹਿਬ, ਇਸ ਪ੍ਰੋਸੈਸ ਦੇ ਦੌਰਾਨ ਕੀ ਤੁਹਾਨੂੰ ਲੱਗਦਾ ਨਹੀਂ ਕਿ ਵਾਰ ਵਾਰ ਇਲੈਕਸ਼ਨ, ਜਿਸ ਤਰ੍ਹਾਂ ਖਡੂਰ ਸਾਹਿਬ ਦੀ ਚੋਣ ਸੀ, ਰਮਨਜੀਤ ਸਿੰਘ ਸਿੱਕੀ ਅਸਤੀਫਾ ਦੇ ਗਏ, ਉਸ ਤੋਂ ਬਾਅਦ ਫਿਰ ਚੋਣਾਂ ਹੋਈਆਂ, ਇੱਕ ਨਵਾਂ MLA ਅਪੁਆਇੰਟ ਹੋ ਗਿਆ, ਉਸਦੇ ਜਿਹੜੇ ਵੇਜਸ ਨੇ ਉਹ ਸਾਨੂੰ ਹੋਰ ਦੇਣੇ ਪੈਣਗੇ, ਪੈਨਸ਼ਨ ਦੇਣੀ ਪਵੇਗੀ, ਇਹ ਜਿਹੜਾ ਨਿੱਤ ਦਿਨ ਇੱਕ ਵਾਰੀ ਸਾਹੀ ਸੁੱਕਦੀ ਨਹੀਂ, ਦੂਜੀ ਲੱਗਣ ਨੂੰ ਤਿਆਰ ਹੁੰਦੀ ਹੈ, ਅਤੇ ਇਸ ਦੌਰਾਨ ਕਿੰਨਾ ਨੁਕਸਾਨ ਦੇਸ਼ ਦਾ ਹੁੰਦਾ ਤੁਹਾਡੇ ਮੁਤਾਬਕ, ਜਾਂ ਪ੍ਰੋਸੈਸ ਕੋਈ ਇੱਦਾਂ ਨਹੀਂ ਹੋ ਸਕਦਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋ ਜਾਣ? ਇਹ ਹੋ ਸਕਦਾ ਜੀ ਜੀ, ਇਹ ਪਾਰਲੀਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ ਇਸ ਸੰਬੰਧ 'ਚ ਜੀ, ਇਲੈਕਸ਼ਨ ਕਮਿਸ਼ਨ ਦੇ ਪਾਵਰ ਦੇ ਵਿੱਚ ਵੀ ਹੈਗੀ ਹੈ ਵੀ ਜੇ ਕਿਸੇ ਦੇ 6 ਮਹੀਨੇ ਰਹਿੰਦੇ ਆ, ਕੋਈ ਜ਼ਰੂਰੀ ਥੋੜ੍ਹੀ ਆ ਉਹ 6 ਮਹੀਨਿਆਂ 'ਚ ਉਹਨੇ ਕੀ ਕਰ ਦੇਣਾ ਜੀ। ਪਰ ਇਸ ਮਾਮਲੇ ਦੇ ਵਿੱਚ ਜਿਹੜੀ ਗਰੁੱਪ ਆਫ ਮਿਨਿਸਟਰ ਦੀ ਇੱਕ ਕਮੇਟੀ ਬਣਾਈ ਸੀਗੀ, ਉਸ ਕਮੇਟੀ ਨੇ ਅੱਜ ਤੱਕ ਆਪਣੀ ਕੋਈ ਰਿਪੋਰਟ ਨਹੀਂ ਦਿੱਤੀ ਕਿ ਇਹ ਜਿਹੜਾ ਪ੍ਰੋਸੈਸ ਇਕੱਠਾ ਕੀਤਾ ਜਾਵੇ, ਉਹਨਾਂ ਨੂੰ ਦੇਣ ਦੀ ਲੋੜ ਹੀ ਹੈ ਨਹੀਂ ਜੀ, ਉਹਨਾਂ ਦਾ ਕੰਮ ਚੱਲ ਰਿਹਾ, ਉਲਝਾ ਹੀ ਰੱਖਣਾ ਲੋਕਾਂ, ਉਲਝਾ ਹੀ ਰੱਖਣਾ ਉਹਨਾਂ ਨੇ ਪਬਲਿਕ ਨੂੰ, ਇਹਨਾਂ ਨੇ ਅਜੇ ਤੱਕ ਦਿੱਤਾ ਕੀ ਹੈ ਇਹਨਾਂ ਨੇ। ਮੱਲੀ ਸਾਹਿਬ, ਇਹ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਭ ਤੋਂ ਵੱਧ ਭੀੜ ਪੈਂਦੀ ਹੈ ਜਦੋਂ ਵੋਟਾਂ ਹੁੰਦੀਆਂ ਨੇ, ਲਾਅ ਐਂਡ ਆਰਡਰ ਦੀ ਸਥਿਤੀ ਜੀ, ਹੋਰ ਬਹੁਤ ਕੁਝ ਕੰਟਰੋਲ ਕਰਨਾ ਪੈਂਦਾ, ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਚੋਣਾਂ ਦਾ ਰੁਝਾਨ ਇੰਨਾ ਵੱਧ ਰਿਹਾ, ਕਦੇ ਜ਼ਿਮਨੀ ਚੋਣ ਆ ਗਈ, ਕਦੇ ਵਿਧਾਨ ਸਭਾ ਚੋਣ ਆ ਗਈ, ਕਦੇ MP ਚੋਣਾਂ 'ਚ ਪੰਜਾਬ 'ਚ ਤਸਵੀਰ ਇਹ ਹੁੰਦੀ ਸੀ ਕਿ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ MP ਚੋਣਾਂ ਕੀ ਹੁੰਦੀਆਂ ਨੇ, ਵੋਟਾਂ ਲੋਕ ਪਾ ਦਿੰਦੇ ਸੀਗੇ, ਪਰ ਹੁਣ ਹਰ ਚੋਣ ਦੇ ਵਿੱਚ ਇੰਨੀ ਜ਼ੋਰ ਅਜਮਾਇਸ਼, ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਆਪਣੀ ਪਾਵਰ ਸ਼ੋਅ ਕਰਨ ਲਈ, ਆਉਣ ਵਾਲੇ ਜਿਹੜੀਆਂ ਉਹਨਾਂ ਨੂੰ ਇਹ ਹੁੰਦਾ ਵੀ ਇਲੈਕਸ਼ਨ 'ਚ ਜੇ ਅਸੀਂ ਇਹ ਸੀਟ ਕੱਢ ਜਾਵਾਂਗੇ ਤਾਂ ਸਾਡਾ ਲੋਕਾਂ 'ਚ ਮਤਲਬ ਕਿ ਜਾਊਗਾ ਵੀ ਇਹ ਪਾਰਟੀ ਤਗੜੀ ਹੈ, ਇਸ ਵਾਸਤੇ ਜ਼ੋਰ ਲਾਉਂਦੇ ਨੇ। ਪਰ ਇਹ ਚਾਹੀਦਾ ਨਹੀਂ, ਜਿਵੇਂ ਸਿੱਧੂ ਸਾਹਿਬ ਨੇ ਦੱਸਿਆ ਵੀ ਜਿਹੜੇ ਸਾਲ ਰਹਿੰਦਾ ਹੋਵੇ ਕਿਸੇ ਦਾ, ਮਤਲਬ ਕਿ ਇਲੈਕਸ਼ਨ ਆਉਣ 'ਚ, ਜਿਵੇਂ 17 ਚੋਣਾਂ ਹੋਣੀਆਂ, ਜਿਵੇਂ ਹੁਣ ਖਡੂਰ ਸਾਹਿਬ ਵਾਲੀ, ਇਲੈਕਸ਼ਨ ਦੀ ਜ਼ਰੂਰਤ ਨਹੀਂ ਸੀਗੀ, ਇਹ ਜਨਤਾ ਦੇ ਭਾਰ ਪਾਇਆ ਗਿਆ, ਅਤੇ ਇਸ ਵਾਸਤੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਸਰਕਾਰਾਂ ਨੂੰ ਸੋਚਣਾ ਚਾਹੀਦਾ। ਪਰ ਸਰਕਾਰਾਂ ਸੋਚਣ ਦੀ ਬਜਾਏ ਉਹ ਆਪਣਾ ਮਨੋਬਲ ਸ਼ੋਅ ਕਰਨ 'ਚ ਜ਼ੋਰ ਲੱਗਿਆ ਹੋਇਆ ਜੀ। ਸਿੱਧੂ ਸਾਹਿਬ, ਜਿਸ ਤਰ੍ਹਾਂ ਹੁਣ ਇਹ ਪ੍ਰੋਸੈਸ ਸੁਪਰੀਮ ਕੋਰਟ ਦੇ ਵਿੱਚ ਹੈ, ਸੁਪਰੀਮ ਕੋਰਟ ਨੇ ਸੈਂਟਰ ਸਰਕਾਰ ਨੂੰ 3 ਮਹੀਨੇ ਦਾ ਮੇਰੇ ਖਿਆਲ ਟਾਈਮ ਬਾਉਂਡ ਦਿੱਤਾ ਸੀ ਕਿ ਤੁਸੀਂ ਗਾਈਡਲਾਈਨ ਬਣਾਓ, ਕਿਉਂਕਿ ਪ੍ਰਵਾਸੀਆਂ ਦਾ ਵੱਡਾ ਰੋਲ ਹੈ ਵੋਟਾਂ ਦੇ ਵਿੱਚ, ਕਿ ਪ੍ਰਵਾਸੀ ਆਪਣੀ ਵੋਟ ਹੈ ਜਿਹੜੀ ਉਹ ਹਾਈ ਕਮਿਸ਼ਨ ਦੇ ਰਾਹੀਂ ਪਾਉਣ ਜਾਂ ਔਨਲਾਈਨ ਪਾਉਣ ਜਾਂ ਪ੍ਰੋਕਸੀ ਵੋਟ ਉਹਨਾਂ ਦੇ ਕਹੇ 'ਤੇ, ਕੋਈ ਇੰਡੀਆ ਰਹਿੰਦਾ ਬੰਦਾ ਉਹਨਾਂ ਦੀ ਵੋਟ ਪਾ ਸਕੇ। 2017 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਤੱਕ ਉਮੀਦ ਵੀ ਹੈ, ਪਰ ਇਸ ਦਾ ਫਾਇਦਾ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਹੋਏਗਾ ਕਿਉਂਕਿ ਸਪੋਰਟ ਉਹਨੂੰ ਬਾਹਰੋਂ ਮਿਲ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ NRI ਨੂੰ ਵੋਟ ਤੋਂ ਕਿਉਂ ਨਕਾਰ ਰਹੇ ਨੇ, ਪਰ NRI ਇੰਨਾ ਕੰਟਰੀਬਿਊਸ਼ਨ ਕਰ ਰਹੇ ਨੇ ਇੰਡੀਆ ਦੇ ਰੈਵਨਿਊ ਦੇ ਵਿੱਚ? ਇਲੈਕਸ਼ਨ ਕਮਿਸ਼ਨ ਵੱਲੋਂ 25 ਜਨਵਰੀ ਨੂੰ ਆਏ ਸਾਲ ਵੋਟਰ ਡੇ ਮਨਾਇਆ ਜਾਂਦਾ ਜੀ। ਉਸ ਵੋਟਰ ਡੇ ਦੇ ਵਿੱਚ ਅਸੀਂ ਵੋਟਾਂ ਬਾਰੇ ਪ੍ਰਚਾਰ ਕਰਨਾ ਹੁੰਦਾ ਵੀ ਇਹ ਕਿਵੇਂ ਬਣਾ ਸਕਦਾ, ਕਿਹੜਾ ਬੰਦਾ ਕਿਵੇਂ ਬਣਾ ਸਕਦਾ। ਮੈਂ ਇੱਥੇ ਸਾਰੇ ਕਾਲਜਸ ਦੇ ਵਿੱਚ ਪ੍ਰਿੰਸੀਪਲਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਦੱਸਿਆ ਵੀ ਜਿਹੜੇ ਟੀਨੇਜਰ ਆ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੀਆਂ ਵੋਟਾਂ ਬਣਵਾਓ, ਜਿਹੜਾ ਜਿੱਥੇ ਰਹਿੰਦਾ ਉੱਥੇ ਵੋਟ ਬਣਵਾ ਸਕਦਾ, ਇੱਕ ਥਾਂ ਦੇ ਉੱਤੇ ਵੋਟ ਬਣਾਓ, ਕੰਟਰੀ ਦੇ ਵਿੱਚ, ਦੋ ਥਾਂ 'ਤੇ ਨਹੀਂ ਜੀ। ਮਿਲਟਰੀ ਦੇ ਵਿੱਚ ਮੈਂ ਗਿਆ ਇੱਥੇ ਸਾਰੇ ਡਿਪ ਕਮਾਂਡਰ ਨੂੰ ਰਿਕੁਐਸਟ ਕਰਕੇ, ਇਹਨਾਂ ਦੇ 80 COs ਸੀਗੇ ਉਹਨਾਂ ਨੂੰ ਬੁਲਾ ਕੇ ਮੈਂ ਸਾਰਿਆਂ ਦੀ ਮੀਟਿੰਗ ਕਰਾ ਕੇ ਉਹਨਾਂ ਨੂੰ ਦੱਸਿਆ ਵੀ ਤੁਹਾਡੀਆਂ ਘੱਟੋ ਘੱਟ ਇੱਥੇ 2.5 ਜਾਂ 3 ਲੱਖ ਵੋਟਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਪਾਸਾ ਪਲਟ ਸਕਦੀਆਂ ਜੀ, ਤੇ ਤੁਸੀਂ ਆਪਦੀ ਸੋਚ ਮੁਤਾਬਕ ਜਿਹੜਾ ਤੁਹਾਡਾ ਕੈਂਡੀਡੇਟ ਤੁਹਾਨੂੰ ਚੰਗਾ ਲੱਗਦਾ ਉਹਨੂੰ ਪਾਓ, ਤੇ ਤੁਸੀਂ ਆਪਦੀ ਵੋਟ ਅਜਾਈ ਨਾ ਜਾਣ ਦਿਓ ਜੀ। ਕਾਫੀ ਕੁਛ ਹੋਇਆ ਵੀ ਜੀ, ਇਹਦੇ ਸੰਬੰਧ ਦੇ ਵਿੱਚ ਕੰਮ ਕਾਫੀ ਹੋਇਆ ਵੀ ਜੀ, ਪਰ ਜਿਹੜੇ ਇਸ ਤਰ੍ਹਾਂ ਦੇ ਪ੍ਰਚਾਰ ਹੈ ਇਹ ਜਾਂ ਤਾਂ ਬੰਦੇ ਨੂੰ ਆਪ ਐਕਟਿਵਨੈਸ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਮੈਂ DC ਨੂੰ ਕਹਿੰਦਾ ਰਿਹਾ ਵੀ ਆਪਾਂ ਨੂੰ ਜਾਣਾ ਚਾਹੀਦਾ ਉੱਥੇ ਜੀ, ਇੱਕ ਵਾਰੀ ਕਹੂ DC ਨਹੀਂ ਜਾਣਾ, ਦੂਜੀ ਵਾਰ ਕਹੂਗਾ ਨਹੀਂ ਜਾਣਾ, ਤੀਜੀ ਵਾਰ ਜਦੋਂ ਅਸੀਂ ਉਹਨੂੰ ਕਹਾਂਗੇ ਇਲੈਕਸ਼ਨ ਕਮਿਸ਼ਨ ਕਹਿੰਦਾ ਜਾਓ ਜੀ, ਤਾਂ ਉਹਨੇ ਜਾਣਾ ਹੀ ਹੈ, ਨੋਟ ਲਿਖ ਕੇ ਮੂਹਰੇ ਰੱਖਾਂਗੇ ਵੀ ਇਲੈਕਸ਼ਨ ਕਮਿਸ਼ਨ ਦੀ ਆਹ ਗਾਈਡਲਾਈਨ ਹੈ ਜੀ। ਤੇ ਜੇ ਅਗਲੇ ਨੇ ਸੋਚਣਾ ਇਹ ਹੈ ਵੀ ਮੈਂ ਤਾਂ 9 ਤੋਂ 5 ਵਜੇ ਤੱਕ ਕੰਮ ਕਰਨਾ, ਇਹ DC ਦਾ ਕੰਮ ਹੈ ਜਾਵੇ ਜਾਂ ਨਾ ਜਾਵੇ ਜੀ, ਉਹਨੇ ਕੀ ਸੋਚਣਾ ਕੀ ਨਹੀਂ ਸੋਚਣਾ, ਉਹਨਾਂ ਨੂੰ ਕੋਈ ਕਿਸੇ ਨਾਲ ਕੋਈ ਉਹਨਾਂ ਦਾ ਹੈ ਨਹੀਂ ਜੀ। ਮੱਲੀ ਸਾਹਿਬ, ਜਿਸ ਤਰ੍ਹਾਂ ਪ੍ਰਸ਼ਾਸਨ ਨੂੰ ਜਿਹੜੀ ਹੱਥਾਂ ਪੈਰਾਂ ਦੀ ਪਈ ਹੁੰਦੀ ਹੈ ਚੋਣਾਂ ਦੇ ਦੌਰਾਨ, ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਉਦੋਂ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ, ਬੀਬਾ ਕੁਸਮਜੋਤ ਸਿੱਧੂ ਬਹੁਤ ਵਧੀਆ ਅਧਿਕਾਰੀ ਇੱਥੇ ਰਹੇ ਨੇ ਚੋਣ ਕਮਿਸ਼ਨਰ, ਪਰ ਉਹਨਾਂ ਨੂੰ ਵੀ ਪੰਜਾਬ ਛੱਡਣਾ ਪਿਆ, ਬਦਲ ਗਏ, ਪ੍ਰਾਈਮ ਮਿਨਿਸਟਰ ਆਫਿਸ ਚਲੇ ਗਏ ਨੇ। ਇਸ ਦੌਰਾਨ ਜਿਹੜੇ ਪੁਲਿਸ ਮੁਲਾਜ਼ਮ ਨੇ, ਅਧਿਆਪਕ ਨੇ, ਉਹ ਵੀ ਪੂਰੀ ਤਰ੍ਹਾਂ ਵੋਟ ਨਹੀਂ ਪਾਉਂਦੇ, ਭਾਵੇਂ ਕਿ ਪ੍ਰੋਕਸ ਉਹਨਾਂ ਦਾ ਵੀ ਵੋਟ ਦਾ ਇੱਕ ਪ੍ਰੋਸੈਸ ਹੁੰਦਾ, ਤੁਹਾਨੂੰ ਕੀ ਲੱਗਦਾ? ਉਹਨਾਂ ਨੂੰ ਆਪਣਾ ਜਿਹੜਾ ਵੋਟ ਦਾ ਹੱਕ ਹੈ ਜਿਹੜਾ ਜ਼ਰੂਰ ਯੂਜ਼ ਕਰਨਾ ਚਾਹੀਦਾ, ਉਹਨੂੰ ਪਾਉਣੀ ਚਾਹੀਦੀ, ਜਿੱਥੇ ਵੀ ਉਹਨਾਂ ਦੀ ਡਿਊਟੀ ਹੁੰਦੀ ਹੈ ਉੱਥੇ ਪਾ ਸਕਦੇ ਨੇ, ਪਰ ਪਾਉਂਦੇ ਬਹੁਤ ਘੱਟ ਨੇ, ਬਹੁਤ ਘੱਟ। ਲੋਕਾਂ ਨੂੰ ਇਸ ਬਾਰੇ ਸੁਚੇਤ ਕਰਨ ਦੀ ਜ਼ਰੂਰਤ ਹੈ, ਅਧਿਕਾਰੀਆਂ ਨੂੰ ਦੱਸਣ, ਕਰਮਚਾਰੀਆਂ
ਦੱਸਦੇ ਆ ਪਰ ਉਹ ਜ਼ਿਆਦਾ ਲੋਕ ਧਿਆਨ ਨਹੀਂ ਦਿੰਦੇ। ਅਗਲਾ ਕਹਿੰਦਾ ਅਸੀਂ ਕੀ ਲੈਣਾ, ਕੋਈ ਸਰਕਾਰ ਆਵੇ। ਬਹੁਤੇ ਲੋਕਾਂ ਦੀ ਇਹ ਸੋਚ ਹੈ, ਪਰ ਮੈਂ ਕਹਿੰਦਾ ਕਿ ਚੰਗੇ ਬੰਦੇ ਜਿਹੜੇ ਆ ਜੇ ਜਦੋਂ ਆਉਣਗੇ ਫਿਰ ਹੀ ਸਾਡਾ ਖੁਸ਼ਹਾਲੀ ਆ ਸਕਦੀ ਹੈ, ਫਿਰ ਹੀ ਸਾਡਾ ਸੁਧਾਰ ਹੋ ਸਕਦਾ। ਇੱਕ ਇਹ ਪ੍ਰੋਸੀਜਰ ਵੀ ਟੀਡੀਐਸ ਆ ਜੀ, ਉਹਨਾਂ ਦੀ ਵੋਟ ਦਾ ਜਿਹੜੇ ਮੁਲਾਜ਼ਮ ਲੱਗੇ ਹੁੰਦੇ ਆ ਉਹਨਾਂ ਨੂੰ ਅਸੀਂ ਸਭ ਕੁਛ ਕਹਿੰਦੇ ਹਾਂ ਵੀ ਤੁਸੀਂ ਪੋਸਟਲ ਬੈਲਟ ਲੈ ਸਕਦੇ ਹੋ, ਤੁਸੀਂ ਜਿਹੜੇ ਪੋਲਿੰਗ ਸਟੇਸ਼ਨ ਦੇ ਉੱਤੇ ਹੈਗੇ ਹੋ ਤੁਸੀਂ ਉੱਥੇ ਈਡੀਸੀ ਲੈ ਕੇ ਵੋਟ ਪਾ ਸਕਦੇ ਹੋ ਜੇ ਤੁਹਾਡੀ ਉੱਥੇ ਵੋਟ ਹੈਗੀ ਹੈ ਤਾਂ। ਇਸ ਤਰ੍ਹਾਂ ਦਾ ਹੈਗਾ ਪ੍ਰੋਸੈਸ ਹੈਗਾ ਜੀ। ਪਰ ਉਹ ਕੀ ਹੈ ਵੀ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਉਸ ਵੇਲੇ ਇੰਨਾ ਉਧਰ ਧੁੰਮੀ ਪਈ ਹੁੰਦੀ ਹੈ ਵੀ ਉਹ ਲੋਕ ਲਾਈਨਾਂ ਦੇ ਵਿੱਚ ਖੜ ਕੇ ਫਿਰ ਜ਼ਿਆਦਾ ਸਾਡੇ ਕੋਲ ਉਹ ਲੈ ਕੇ ਲੈਣ ਵਾਸਤੇ ਆਉਂਦੇ ਹੈ ਪੋਸਟਲ ਬੈਲਟ ਜੀ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜਾਂ ਈਡੀਸੀ ਲੈਣ ਵਾਸਤੇ ਆਉਂਦੇ ਆ। ਉਹ ਪੋਸਟਲ ਬੈਲਟ ਤਾਂ ਬਹੁਤ ਘੱਟ ਹੋਣੀ ਆ, ਪੋਲ ਹੁੰਦੀ ਹੈ, ਮਤਲਬ ਬਹੁਤ ਘੱਟ ਪੋਲ ਹੁੰਦੀ ਹੈ ਪੋਸਟਲ ਵੋਟਾਂ ਦਾ। ਬਹੁਤ ਘੱਟ ਜੀ, ਬਹੁਤ ਘੱਟ। ਹਾਂ ਜੀ ਹਾਂ ਜੀ, ਬਹੁਤ ਘੱਟ। ਹੁਣ ਸਾਡੇ ਮੇਰਾ ਖਿਆਲ ਆ ਵੀ ਇੱਥੇ ਪਟਿਆਲੇ ਦੇ ਵਿੱਚ 8,000 ਫੌਜੀ ਹੋਊਗਾ, 8,000 ਚੋਂ 500-600 ਆਉਂਦੀ ਹੈ ਉਹਦੇ ਵਿੱਚੋਂ 500। ਹਾਲਾਂਕਿ ਇਹ ਪੜ੍ਹਿਆ ਲਿਖਿਆ ਵਰਗ ਹੈ, ਇਹਨੂੰ ਪਤਾ ਹੈ ਕਿ ਕਿਹੜੇ ਉਮੀਦਵਾਰ ਅੱਛੇ ਨੇ, ਪਰ ਇਹ ਵੋਟ ਨਹੀਂ ਪਾਉਂਦੇ। ਹਾਂ ਜੀ, ਉਹ ਜਿਹੜੀ ਮਿਲਟਰੀ ਵਾਲੇ ਕੋਲ ਜਾਂਦੀ ਹੈ ਜੀ, ਉਹਨਾਂ ਦੇ ਉਹ ਆਪਦੇ ਜੇਸੀਓ ਨੂੰ ਕਹਿ ਦਿੰਦੇ ਆ ਜੀ ਲਾ ਤੁਸੀਂ ਕਰ ਦਿਓ ਟਿੱਕ, ਜਿਹਨੂੰ ਕਰਨਾ ਹੈਗਾ ਸਾਡਾ। ਜੀ ਜੀ, ਮਲਿਕ ਸਾਹਿਬ ਤੁਸੀਂ ਕੁਛ ਕਹਿਣਾ ਚਾਹੁੰਦੇ ਸੀ? ਪੁਲਿਸ 'ਚ ਵੀ ਇੱਦਾਂ ਹੀ ਹੈ, ਪੁਲਿਸ ਦੇ ਜਾਂ ਜਿਹੜੇ ਟੀਚਰ ਨੇ ਜਿਹੜੇ ਡਿਊਟੀਆਂ 'ਤੇ ਹੁੰਦੇ ਆ ਉਹ ਵੀ ਨਹੀਂ ਪਾਉਂਦੇ ਵੋਟ, ਪਾਉਣੀ ਚਾਹੀਦੀ ਹੈ, ਪਾਉਣੀ ਚਾਹੀਦੀ ਹੈ। ਇਹ ਤਾਂ ਸਾਰੇ ਸਾਨੂੰ ਰਲ ਕੇ ਹੰਬੜਾ ਮਾਰਨਾ ਚਾਹੀਦਾ, ਜਿਹੜੇ ਚੰਗੇ ਕੈਂਡੀਡੇਟ ਨੇ ਸਾਨੂੰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਮੇਰੀ ਸਾਰੇ ਸਰੋਤਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਨੂੰ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ, ਬਿਲਕੁਲ ਚੰਗੇ ਜਿਹੜੇ। ਕਿਉਂਕਿ ਦੇਖੋ ਸਾਡੇ ਮੁਲਕ 'ਚ ਵੀ ਕੋਈ ਮਤਲਬ ਇਸ ਤਰ੍ਹਾਂ ਦੀ ਘਾਟ ਨਹੀਂ ਹੈ। ਗੱਲ ਇਹ ਹੈ ਨਾ ਕਿ ਅਸੀਂ ਪੋਲੀਟੀਕਲ ਸਿਸਟਮ ਜੇ ਸੁਧਾਰ ਲਈਏ, ਸਾਡਾ ਮੁਲਕ ਵੀ ਅਮਰੀਕਾ ਕੈਨੇਡਾ ਤੋਂ ਕਿਸੇ ਤਰ੍ਹਾਂ ਪਿੱਛੇ ਨਹੀਂ ਹੈ, ਸਾਰੇ ਇੱਥੇ ਸੋਰਸ ਨੇ, ਪਰ ਅਫਸੋਸ ਕਿ ਉਹਨਾਂ ਸੋਰਸ ਦੇ ਉੱਤੇ ਵੱਡੇ ਸਿਆਸਤਦਾਨ ਕਾਬਜ਼ ਨੇ। ਸਿੱਧੂ ਸਾਹਿਬ, ਐਨ ਆਰ ਆਈ ਦਾ ਕੀ ਪ੍ਰੋਸੈਸ ਹੈ ਕਿ ਐਨ ਆਰ ਆਈ ਇਲੈਕਸ਼ਨ ਲੜ ਸਕਦੇ ਨੇ ਜਾਂ ਐਨ ਆਰ ਆਈ ਵੋਟ ਪਾ ਸਕਦੇ ਨੇ? ਐਨ ਆਰ ਆਈ ਦਾ ਕੀ ਅਧਾਰ ਹੈ ਵੋਟਾਂ ਦੇ ਵਿੱਚ? ਜਿਹੜਾ ਕੋਈ ਵੀ ਜਿਹੜਾ ਪਾਸਪੋਰਟ ਹੋਲਡਰ ਬਾਹਰਲਾ ਮਤਲਬ ਸਿਟੀਜ਼ਨ ਨਹੀਂ ਹੈ ਜੀ, ਇੰਡੀਆ ਦਾ ਸਿਟੀਜ਼ਨ ਹੈ, ਭਾਰਤੀ ਪਾਸਪੋਰਟ ਹੈ, ਜਿਸ ਨਾਗਰਿਕ ਦੀ ਉਹਦੀ ਹੈਗੀ ਸ਼ਰਤ ਜੀ। ਦੂਜੀ ਗੱਲ, ਉਹ ਵੋਟਰ ਹੋਣਾ ਚਾਹੀਦਾ, ਦੀਵਾਲੀਆ ਜਾਂ ਪਾਗਲ ਨਾ ਹੋਵੇ ਜੀ। ਉਹਦੇ 'ਤੇ ਕੋਈ ਜਿਹੜਾ ਹੈ 2 ਸਾਲ ਦੀ ਉਹਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲੋਂ ਸਜ਼ਾ ਨਾ ਹੋਈ ਹੋਵੇ ਜਾਂ ਕਿਸੇ ਕੋਰਟ ਵੱਲੋਂ ਅਪਰਾਧਿਕ ਮਾਮਲੇ ਦੇ ਵਿੱਚ ਸਜ਼ਾ ਨਾ ਹੋਈ ਹੋਵੇ, ਉਹ ਬੰਦਾ ਖੜਾ ਹੋ ਸਕਦਾ। ਅੱਛਾ, ਜਿਹੜੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਉਹ ਵੋਟ ਨਹੀਂ ਪਾ ਸਕਦੇ? ਆਖਰ ਦੇ ਵਿੱਚ ਉਸ ਮੁੱਦੇ ਤੇ ਗੱਲ ਕਰੀਏ ਕਿ ਜਿਹੜੇ ਗਲਤ ਟਿੱਪਣੀਆਂ ਕਰਨ ਵਾਲੇ ਨੇਤਾ ਨੇ, ਜਿਹੜੇ ਕਹਿੰਦੇ ਨੇ ਚੱਕ ਦਿਓ, ਮਾਰ ਦਿਓ, ਵੱਢ ਦਿਓ, ਭਾਰਤ ਮਾਤਾ ਦੀ ਜੈ ਨੂੰ ਲੈ ਕੇ ਕਈ ਸਿਆਸਤਦਾਨਾਂ ਦੀਆਂ ਜਿਹੜੇ ਆਗੂ ਨੇ, ਈਵਨ ਰਾਮਦੇਵ ਕਹਿੰਦਾ ਯੋਗਾ ਕਰੋ ਗੁੱਸਾ ਨਹੀਂ ਆਉਂਦਾ, ਪਰ ਉਹ ਕਹਿੰਦੇ ਜਿਹੜਾ ਭਾਰਤ ਮਾਤਾ ਦੀ ਜੈ ਨੇ ਖੂਹ ਦਾ ਮੈਂ ਗਲ ਵੱਢ ਦਿਆਂ, ਕੀ ਇਸ ਤਰ੍ਹਾਂ ਗਲ ਵੱਢਣਾ ਗੈਰ ਕਾਨੂੰਨੀ ਨਹੀਂ ਹੈ? ਸ਼ਰੇਆਮ ਕਹਿਣਾ ਸਟੇਟਮੈਂਟ ਨਾ ਨਹੀਂ, ਜਿਹੜੇ ਲੋਕ ਨੇ ਇਹਨਾਂ ਦਾ ਮਤਲਬ ਕਿ ਬਿਨਾਂ ਸੋਚੇ ਸਮਝੇ ਬੋਲਣਾ ਜਾਂ ਕਿਸੇ ਨੂੰ ਡਰਾਉਣਾ, ਇਹ ਕੁਛ ਸੰਸਥਾ ਐਸੋ ਹੀ ਹੈ ਨੇ, ਮੈਂ ਕਿਸੇ ਸੰਸਥਾ ਦਾ ਨਾਂ ਨਹੀਂ ਲੈਣਾ ਚਾਹੁੰਦਾ, ਵੀ ਉਹ ਆਪਣੇ ਆਪ ਨੂੰ ਇਹ ਗਲਤ ਯੂਜ ਕਰ ਰਹੀਆਂ ਨੇ, ਤੇ ਜਿਹੜੀਆਂ ਘੱਟ ਗਿਣਤੀ ਲੋਕ ਨੇ ਉਹਨਾਂ ਤੇ ਪ੍ਰੈਸ਼ਰ ਆਪਣਾ ਬਿਲਡ ਕਰ ਲਈਏ, ਸਹਿਮ ਪੈ ਰਿਹਾ ਇਹਦਾ। ਇਹਦੇ ਬਾਰੇ ਸਾਨੂੰ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ, ਤੇ ਪ੍ਰਸ਼ਾਸਨ ਨੂੰ ਵੀ ਜੇ ਕੋਈ ਇਦਾਂ ਦਾ ਕੰਮ ਕਰਦਾ ਉਹਦੇ ਖਿਲਾਫ ਸਖ਼ਤ ਐਕਸ਼ਨ ਲੈਣਾ ਚਾਹੀਦਾ। ਵੈਸੇ ਜਿਸ ਤਰ੍ਹਾਂ ਇਹ ਧਮਕੀ ਦਿੱਤੀ ਜਾ ਰਹੀ ਹੈ ਕਿ ਜਿਹੜੇ ਭਾਰਤ ਮਾਤਾ ਦੀ ਜੈ ਨਹੀਂ ਕਹਿੰਦੇ ਮੈਂ ਉਹਨਾਂ ਦਾ ਗਾਲ ਵੱਢ ਦਿਆਂਗਾ, ਇਹ ਗੈਰ ਕਾਨੂੰਨੀ ਹੈ, ਪਰਚੇ ਹੋ ਸਕਦੇ ਨੇ? ਬਿਲਕੁਲ, 100%। ਲਵਾਦਾ ਪਹਿਨੇ ਹੋਏ ਮਾਫੀਆ ਨੇ ਜੀ, ਮੈਂ ਇਹਨਾਂ ਨੂੰ ਧਾਰਮਿਕ ਲਵਾਦਾ ਪਹਿਨੇ ਹੋਏ ਮਾਫੀਆ ਕਹੂੰਗਾ ਜੀ, ਜਿਹਦੀਆਂ ਲੈਬਸ ਦੇ ਵਿੱਚ ਜਿਹਦੇ ਸੈਂਪਲ ਫੇਲ ਹੋ ਗਏ, ਇੱਕ ਕੰਪਨੀ ਦੇ ਉੱਤੇ ਬੈਨ ਲਾਤਾ ਵੀ ਨੂਡਲਸ ਤੇਰੇ ਖਤਮ, ਦੂਜੇ ਪਾਸੇ ਨੂਡਲਸ ਸ਼ੁਰੂ ਕਰਤੇ, ਇਹ ਤਾਂ ਵਪਾਰੀ ਆਦਮੀ ਹੈ ਜੀ। ਜਿਹੜੀ ਈਸਟ ਇੰਡੀਆ ਕੰਪਨੀ ਸੀ ਤੇ ਇਹ ਸਾਰੇ ਹੈਗੇ ਆ ਸਾਧੂ ਇੰਡੀਆ ਕੰਪਨੀ ਹੋ ਗਈ, ਇਹ ਤਾਂ ਫਿਰ ਇਹ ਮੁਲਕ ਨੂੰ ਖਰਾਬ ਇਹੀ ਕਰੀ ਜਾਂਦੇ ਜੀ, ਕੋਈ ਸਾਕਸ਼ੀ ਮਹਾਰਾਜ ਹੈ, ਕੋਈ ਕੁਛ ਹੈ, ਬਕਵਾਸ ਕਰੀ ਜਾਂਦੇ ਆ, ਧਰਮ ਦੀ ਆੜ 'ਚ ਨਜਾਇਜ਼ ਫਾਇਦਾ ਉਠਾ ਰਹੇ। ਇਸ ਨੂੰ ਕਾਨੂੰਨ ਜਿਹੜਾ ਹੈਗਾ ਇਸ 'ਤੇ ਮਤਲਬ ਅੜਚਨ ਪੈ ਸਕਦੀ ਹੈ, ਪਰ ਇਹ 'ਤੇ ਕੋਈ ਐਕਸ਼ਨ ਨਹੀਂ ਹੋ ਰਿਹਾ, ਹੈਰਾਨੀ ਦੀ ਗੱਲ ਹੈ। ਸਰਕਾਰ ਆਪਣੀ ਰੂਲਿੰਗ ਪਾਰਟੀਆਂ ਇਹਨਾਂ ਦੀਆਂ ਜੀ, ਫਿਰ ਇੱਕ 20-15 ਸਾਲ ਚਲਾਈ ਚੱਲੋ, ਉੱਥੋਂ ਬੇਲ ਲੈ ਲਓ, ਚਲਾਈ ਚੱਲੋ, ਲੋਕਾਂ ਨੂੰ ਬੇਵਕੂਫ ਬਣਾਈ ਜਾਓ। ਹੁਣ ਕੀ ਜ਼ਰੂਰਤ ਹੈ, ਸਰਕਾਰ ਬਣੀ ਹੋਈ ਹੈ, ਹੁਣ ਬੀਜੇਪੀ ਦੇ ਨੇਤਾਵਾਂ ਨੂੰ ਕੀ ਲੋੜ ਪੈ ਗਈ ਗੱਲ ਵੱਢਣ ਦੀ, ਧਮਕਾਉਣ ਦੀ? ਹੁਣ ਤਾਂ ਕੋਈ ਇਲੈਕਸ਼ਨ ਵੀ ਸਿਰ 'ਤੇ ਨਹੀਂ ਹੈ, ਉਹ ਫਿਰ ਹਿੰਦੂ ਰਾਸ਼ਟਰ ਦਾ ਏਜੰਡਾ ਜੀ ਉਹਨਾਂ ਨੂੰ ਲਾਗੂ ਕਰ, ਉਹ ਕਹਿੰਦੇ ਹਾਂ, ਉਹ ਕਹਿੰਦੇ ਵੀ ਉਹ ਕਿਸੇ ਵੇਲੇ ਕਹਿੰਦੇ ਸਾਡਾ ਤਾਂ ਕਹਿੰਦੇ ਉਹ ਮੁਗਲ ਰਾਜ ਤੋਂ ਬਾਅਦ ਹਿੰਦੂ ਰਾਜ ਹੀ ਹੋਣਾ ਹੈ,
ਉਹ ਦਿਮਾਗ ਦੇ ਵਿੱਚ ਉਹਨਾਂ ਦੇ ਮਲੀ ਸਾਹਿਬ ਜਾਂਦੇ ਜਾਂਦੇ ਮੈਂ ਜਾਣਨਾ ਚਾਹਾਂਗਾ ਇਹ ਜਿਹੜਾ ਟ੍ਰੈਂਡ ਵੱਧ ਰਿਹਾ ਹੈ ਨਫ਼ਰਤ ਜੋ ਵੱਧ ਰਹੀ ਹੈ ਨਿਜ਼ਾਮ ਦੇ ਵਿੱਚ ਇਹ ਆਵਾਮ ਨੂੰ ਭੁਗਤਣੀ ਪੈਂਦੀ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅਸੀਂ ਪਹਿਲਾਂ ਭੁਗਤੀ ਹੈ ਅਤੇ 1947 'ਚ ਭੁਗਤੀ ਹੈ ਜੇ ਇੱਦਾਂ ਦੀ ਮਤਲਬ ਕਿ ਕਰਨਗੇ ਤਾਂ ਮਤਲਬ ਕਿ ਕਿਸੇ ਟਾਈਮ ਵੀ ਜਾਤੀਵਾਦ ਆਏ ਬਖਾਲਾ ਖੜਾ ਹੋ ਸਕਦਾ ਉਹਦੇ 'ਚ ਦੰਗੇ ਹੋ ਸਕਦੇ ਇਹ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਵੀ ਕੋਈ ਇੱਦਾਂ ਦੀ ਕਰਦਾ ਜੋ ਵੀ ਕਾਨੂੰਨੀ ਕਾਰਵਾਈ ਹੈ ਚਾਹੇ ਉਹ ਕਿਸੇ ਵੀ ਅਹੁਦੇ 'ਤੇ ਹੋਵੇ ਕਿਸੇ ਵੀ ਰੈਂਕ 'ਤੇ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਵੀ ਲੀਡਰ ਹੋਵੇ ਤਾਂ ਕਾਨੂੰਨੀ ਕਾਰਵਾਈ ਬਣਦੀ ਹੈ ਜੋ ਹੋਣੀ ਚਾਹੀਦੀ ਜੀ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਇਹ ਸੀ ਗੱਲਬਾਤ ਪੰਜਾਬ ਦੇ ਚੋਣ ਸੀਨ ਸਿਨੈਰੀਓ 'ਤੇ ਸਤਵਿੰਦਰ ਸਿੰਘ ਮੱਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਦੇ ਲਈ ਅਤੇ ਸਿੱਧੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਧੰਨਵਾਦ ਜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਜੀ ਜਿਹੜੇ ਆਧਾਰ ਕਾਰਡ ਦੀ ਆਪਾਂ ਗੱਲ ਕਰਦੇ ਸੀ ਜੀ ਵੀ ਆਧਾਰ ਕਾਰਡ ਡੀ ਲਿੰਕ ਹੋਏ ਜੇ ਹੈਗੇ ਜੀ ਜੀ ਲਿੰਕ ਨਹੀਂ ਹੋਏ ਇਹਦੇ ਵਿੱਚ ਵੀ ਸਾਡੇ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਗਲਤੀ ਹੈ ਪਹਿਲਾਂ ਆਧਾਰ ਕਾਰਡ ਵਾਲਾ ਸਿਸਟਮ ਨਾਲ ਸ਼ੁਰੂ ਕਰਤਾ ਇਹਨਾਂ ਨੇ ਵੀ ਲਿੰਕ ਅਪ ਕਰ ਦਿਓ ਸਾਰੇ ਬੀ ਐਲ ਓ ਹਜ਼ਾਰਾਂ ਦੀ ਗਿਣਤੀ 'ਚ 25,000 ਬੂਥਾਂ ਦੇ 25,000 ਬੀ ਐਲ ਓ ਸਾਡੇ ਭੱਜੇ ਰਹੇ ਵੀ ਅਸੀਂ ਲਿੰਕ ਅਪ ਕਰ ਦਈਏ ਲਿੰਕ ਅਪ ਕਰ ਦਈਏ ਉਹ ਸਾਰਾ ਉਹਨਾਂ ਦੀ 6 ਮਹੀਨੇ 7 ਮਹੀਨੇ ਮਿਹਨਤ ਕਰਾ ਕੇ ਸਾਰੀ ਵੱਟੇ ਖਾਤੇ ਪਾਤੀ ਕਿਉਂਕਿ ਸੁਪਰੀਮ ਕੋਰਟ ਨੇ ਕਹਿਤਾ ਆਧਾਰ ਕਾਰਡ ਦੀ ਕੋਈ ਲੋੜ ਨਹੀਂ ਉੱਥੇ ਫਿਰ ਉਹ ਸਟੈਂਡ ਐਂਡ ਸਟਿਲ ਹੋ ਗਿਆ ਕੰਮ ਵੀ ਖਤਮ ਕਰੋ ਇਸ ਨੂੰ ਉਹ ਸਾਰਾ ਰਿੱਝ ਗਿਆ ਹੁਣ ਦੁਬਾਰੇ ਫਿਰ ਉਹਨਾਂ ਨੇ ਕਾਨੂੰਨ ਬਣਾਤਾ ਹੁਣ ਦੁਬਾਰੇ ਫਿਰ ਨੰਬਰ ਸ਼ੁਰੂ ਕਰ ਦੇਣਗੇ ਕੰਮ ਬਿਲਕੁਲ ਇਹ ਜਿਹੜੀਆਂ ਫਿਊਟਾਈਲ ਐਕਸਰਸਾਈਜ਼ ਹੈ ਜ਼ਿਆਦਾ ਐਕਸਰਸਾਈਜ਼ ਸ਼ੁਰੂ ਨਹੀਂ ਕਰਨੀ ਚਾਹੀਦੀ ਜੇ ਐਕਸਰਸਾਈਜ਼ ਸ਼ੁਰੂ ਕਰਤੀ ਸੁਪਰੀਮ ਕੋਰਟ ਨੇ ਚਾਹੇ ਫੈਸਲਾ ਦਿੱਤਾ ਆਧਾਰ ਕਾਰਡ ਐਨ ਆਰ ਆਈ ਬਣਾ ਸਕਦੇ ਨੇ ਆਧਾਰ ਕਾਰਡ ਬਣਾ ਸਕਦੇ ਹੈ ਜੇ ਨਾਗਰਿਕ ਹੈ ਇਥੋਂ ਦਾ ਜੀ ਜੀ ਜਿਹਦੇ ਕੋਲ ਦੋਹਰੀ ਨਾਗਰਿਕਤਾ ਹੈਗੀ ਜਿਹਨੂੰ ਵੋਟ ਦੀ ਵੋਟ ਦਾ ਹੈਗਾ ਅਧਿਕਾਰ ਹੈਗਾ ਉਹ ਬਣਾ ਸਕਦਾ ਜੀ ਜੀ ਸੋ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਪ੍ਰੋਗਰਾਮ ਸੱਚ ਦਾ ਸਾਹਮਣਾ ਇੱਥੇ ਹੀ ਸਮਾਪਤ ਕਰਨ ਦੀ ਦਿਵਾ ਗਿਆ ਸਤਿ ਸ਼੍ਰੀ ਅਕਾਲ।